ਗਵਾਂਢੀਆਂ ਦੇ ਬਾਦਸ਼ਾਹ ਦਾ ਮੁਲਾਜ਼ਮ ਪੈਗਾਮ ਲੈ ਕੇ ਆਇਆ, ਹਾਜ਼ਰ ਹੋਵੇ। ਮੈਂ ਕਿਹਾ ਜੀ ਸਲਾਮ ਹੋਵੇ ਸਾਡੇ ਸਾਰਿਆਂ ਨੂੰ, ਤੁਹਾਡੇ ਸਾਰਿਆਂ ਨੂੰ। ਬੇਟੇ ਤੂੰ ਕਿੱਧਰ? ਮੇਰਾ ਨਾਂ ਹੈ ਨੂਰ ਬਖਸ਼ ਵਲਦ ਅੱਲਾ ਬਖਸ਼, ਜ਼ਿਲ੍ਹਾ ਜੰਗਜੂ, ਮੁਹੱਲਾ ਤੋਪ ਵਾਲਾ ਚੌਂਕ, ਬਰਛੀਆਂ ਵਾਲਾ ਗਲੀ, ਨੇਜ਼ਿਆਂ ਵਾਲੀ, ਨਜ਼ਦ ਬੂਟਾ ਤਲਵਾਰ ਸਟੋਰ ਤੇ ਬੰਦਾ ਇੱਕ ਪੈਗਾਮ ਲੈ ਕੇ ਹਾਜ਼ਰ ਹੋਇਆ ਹੈ। ਕੀ ਪੈਗਾਮ ਲਿਆਇਆ ਬੇਟੇ, ਪੜ ਕੇ ਤੇ ਸੁਣਾ। ਇਹ ਪੈਗਾਮ ਬਾਦਸ਼ਾਹ ਇਮਾਨਤ ਅਲੀ ਵੱਲੋਂ ਹੈ ਤੇ ਉਹਨੇ ਕਿਹਾ ਹੈ ਕਿ ਮੈਂ ਤੁਹਾਨੂੰ ਇੱਕ ਸ਼ੇਰ ਭੇਜ ਰਿਹਾ, ਮੈਂ ਤੁਹਾਡੀ ਅਕਲਮੰਦੀ ਨੂੰ ਮੰਨ ਜਾਵਾਂਗਾ ਜੇ ਤੁਸੀਂ ਇਸ ਸ਼ੇਰ ਨੂੰ ਤੇ ਪਿੰਜਰੇ ਨੂੰ ਹੱਥ ਲਾਇਓ ਬਗੈਰ ਸ਼ੇਰ ਨੂੰ ਪਿੰਜਰੇ ਤੋਂ ਬਾਹਰ ਕੱਢ ਕੇ ਦਿਖਾਓ। ਲਓ ਹੁਣ ਸ਼ੇਰ ਮੁਲਾਜ਼ਾ ਕਰੋ। ਕਿਤੇ ਪੈਸੇ ਨਾ ਮੰਗਣ ਆ ਗਿਆ ਹੋਵੇ। ਤੇ ਹੁਣ ਸੁਣ ਲਓ ਕਿ ਇਸ ਦੇ ਵਿੱਚ ਜ਼ਰੂਰੀ ਸ਼ਰਤ ਕਿਹੜੀ ਆ। ਸਾਡੇ ਬਾਦਸ਼ਾਹ ਨੇ ਕਿਹਾ ਕਿ ਤੇਰੇ ਕੋਲ ਸਿਰਫ 3 ਮੌਕੇ ਨੇ, ਇੱਕ ਬੰਦਾ ਇੱਕ ਟਰਾਈ ਕਰੇਗਾ, ਦੂਜਾ ਦੂਜੀ ਤੇ ਤੀਸਰਾ ਤੀਸਰੀ, ਚੌਥੀ ਟਰਾਈ ਨਾ ਕਰੀ ਨਹੀਂ ਤੇ ਅੱਲਾ ਕੋ ਭਰੇਗਾ, ਵੇਖ ਲਈ। ਤੇ ਅਗਰ ਕੋਈ ਧੋਖਾ ਕੀਤਾ ਤੇ ਤੁਹਾਨੂੰ ਮੌਲਾ ਨੇ ਲੈਣਾ ਜੇ। ਲੈ ਬਾਦਸ਼ਾਹ ਫੇਰ ਸਲਾਮ ਆਇਆ, ਇਹ ਐ ਫੜੀ। ਇਹ ਕੀ? ਅੱਛਾ, ਕਹਿੰਦਾ ਬਹਿ ਜਾ, ਮੈਂ ਫਿਰ ਬਹਿ ਗਿਆ, ਐ ਲੋ। ਅੱਗੇ ਮੇਰੀ ਜਾਨ ਨੂੰ ਘੱਟ ਸੀ ਆਪੇ ਸੀ, ਇਹ ਹੁਣ ਕੌਣ ਕੰਮ ਕਰੂਗਾ? ਅੱਛੂ ਕੱਛੂ ਆ ਜਾ ਪੁੱਤਰ। ਬਾਦਸ਼ਾਹ ਦਾ ਗੁੱਡਾ ਬੁਲੰਦ ਹੋ ਗਿਆ। ਮੈਨੂੰ ਯਕੀਨ ਆ ਕਿ ਤੁਸੀਂ ਮੇਰੇ ਕੋਲੋਂ ਕੋਈ ਸਕੀਮ ਪੁੱਛਣ ਵਾਸਤੇ ਮੈਨੂੰ ਯਾਦ ਕੀਤਾ ਹੋਣਾ। ਉਹ ਬਾਦਸ਼ਾਹ, ਇਹ ਕੀ ਗੱਲ ਹੋਈ ਯਾਰ, ਜਿਹੜਾ ਕੰਮ ਹੁੰਦਾ ਤੂੰ ਅੱਛੂ ਕੋ ਕਰਾਉਣਾ, ਅਸੀਂ ਕਰਵਾ ਬੁਲੈਣ ਆਉਂਦੇ ਹਾਂ ਯਾਰ, ਸਾਡੇ ਕੋਲ ਵੀ ਕੋਈ ਕੰਮ ਕਰਾਇਆ ਕਰ। ਤੂੰ ਕਰ ਲੈ ਬੇਟੇ, ਪਰ ਜੇ ਕੰਮ ਨਾ ਹੋਇਆ ਤਾਂ ਮੈਂ ਬੁਰਾ ਜਿਹਾ ਮੂੰਹ ਲਾ ਦੇਣਾ ਨਾਲੋਂ। ਅੱਛੂ ਬੇਟੇ, ਆ ਬੱਚਾ ਬਹੁਤ ਤੜਫਿਆ ਫਿਰਦਾ, ਇਹਨੂੰ ਕੰਮ ਦੇ ਕੇ ਇਹਦੀ ਤਬੀਅਤ ਨਾ ਸੈੱਟ ਕਰ ਦਈਏ। ਹੁੰਦੀ ਤੇ ਕਰ ਦਿਓ। ਉਹ ਜਾਣਦੇ ਯਾਰ ਬਾਦਸ਼ਾਹ, ਛੋਟੇ ਜਿਹੇ ਕੰਮ ਵਾਸਤੇ ਤੂੰ 150 ਬੰਦਾ ਇਕੱਠਾ ਕਰ ਲਿਆ ਦਰਬਾਰ 'ਚ, ਮੇਰੇ ਕੋਲ ਇੱਕ ਐਸਾ ਬੰਦਾ ਹੈਗਾ ਜਿਹੜਾ 2 ਮਿੰਟ 'ਚ ਤੇਰਾ ਸ਼ੇਰ ਬਾਹਰ ਕੱਢ ਕੇ ਰੱਖ ਦੇਗਾ। ਉਹ 2 ਸਾਲ ਸਰਕਸ ਵਾਲਿਆਂ ਦਾ ਸ਼ੇਰ ਬਾਹਰ ਕੱਢਦਾ ਰਿਹਾ, ਜਦੋਂ ਸਰਕਸ ਵਾਲਿਆਂ ਨੇ ਉਹਨੂੰ ਬਾਹਰ ਕੱਢਤਾ ਤੇ ਉਹ 4-5 ਸਾਲ ਉਹਨਾਂ ਨੂੰ ਗਾਲਾਂ ਕੱਢਦਾ ਰਿਹਾ। ਇਹ ਤਾਂ ਕੰਮ ਹੀ ਕੋਈ ਨਹੀਂ। ਬੁਲਾ ਫਿਰ ਉਹਨੂੰ। ਮਿਹਰਬਾਨੀ, ਓਏ ਉਹਨੂੰ ਬੁਲਾ, ਓਏ ਮਰੇ ਤੂੰ। ਉਹ ਜਿਹੜਾ ਜਾਦੂਗਰ 5 ਸਾਲ ਗਾਲਾਂ ਕੱਢਦਾ ਰਿਹਾ, ਹਾਜ਼ਰ ਹੋਵੇ। ਸਲਾਮ। ਮੇਰਾ ਨਹੀਂ, ਮੇਰਾ ਪਹਿਲੇ ਨਹੀਂ, ਮੇਰਾ ਪਹਿਲੇ। ਜ਼ਬਤੀਆਂ ਜਰੂਕੂ ਤਣਾ ਪਾ ਬੁੜਕਿਆ ਕੜਾ ਪੀ ਲੈ ਬਾਦਸ਼ਾਹ ਸਾਡੇ ਵੱਲੋਂ ਬੋਲ ਲੈ। ਲਿਆਓ ਜੀ। ਬਦੋ ਬਦੀ ਜਾਦੂਗਰ ਹਾਜ਼ਰ ਏ। ਲੈ ਬਈ ਜਾਦੂਗਰ ਸਹੀਆਂ, ਚੋੜੋ ਮੋਰੀ ਬਈਆਂ, ਪਿੰਜਰੇ ਚੋਂ ਸ਼ੇਰ ਨੂੰ ਬਾਹਰ ਕੱਢ ਲਏਗਾ। ਇਹ ਗੱਲ ਖੋਪੜੀ ਜੇ ਬਹਾਲ ਆ ਕਿ ਪਿੰਜਰੇ ਨੂੰ ਤੇ ਸ਼ੇਰ ਨੂੰ ਹੱਥ ਲਾਇਓ ਬਗੈਰ ਸ਼ੇਰ ਨੂੰ ਬਾਹਰ ਕੱਢਣਾ ਹੀ। ਗੱਲ ਹੀ ਕੋਈ ਨਹੀਂ, ਲੈ ਬਾਦਸ਼ਾਹ ਕਰਾਂ ਸ਼ੁਰੂ। ਉਹ ਮਰੇ ਸੁੱਤਾ ਵਾ, ਇਜਾਜ਼ਤ ਦੇ। ਚਲੋ ਇਹ ਕਿਹੋ ਜਿਹਾ ਸ਼ੇਰ, ਇਹ ਜਿਹੜਾ ਹਿੱਲਾ ਨਹੀਂ ਨਾ ਦਿਆ, ਲੱਗਦਾ ਪੁਲਿਸ ਵਾਲਿਆਂ ਨੇ ਕੁੱਟਿਆ ਇਹਨੂੰ। ਉਹ ਨੇਜ਼ੇ ਦੇ ਮੂੰਹ ਵਾਲਿਆ, ਚੱਲ ਹੁਣ ਵੜ ਜਾ ਮੇਰਾ ਪੋਤਾ ਸੰਦੂਕ 'ਚ। ਲੈ ਬਾਦਸ਼ਾਹ ਦੌੜੀ ਨਾ, ਮੈਂ ਤੈਨੂੰ ਦਿਖਾਉਣ ਲੱਗਾ ਸ਼ੇਰ ਕਿਵੇਂ ਬਾਹਰ ਆਉਂਦਾ। ਲੈ ਬਾਦਸ਼ਾਹ, ਜੇ ਮੈਂ ਸੰਦੂਕ ਨੂੰ ਪਿੰਜਰੇ 'ਚ ਸ਼ੇਰ ਨੂੰ ਦੋਵਾਂ ਨੂੰ ਇੱਕ ਦੂਜੇ ਨੂੰ ਇੱਧਰ ਉੱਧਰ ਕਰਕੇ ਫਿਰ ਕਰਦੇ ਆ, ਫਿਰ ਮੰਨੇ। ਬੇਟੇ ਕਰਕੇ ਦਿਖਾਓ। ਚੱਲ ਬੱਚੇ ਵੜ ਜਾ ਸੰਦੂਕ 'ਚ। ਆਏ ਮੈਨੂੰ ਮਰਵਾਈ ਨਾ ਦੇਈ, ਮੈਂ ਬਾਹਰ ਆਉਂਦੇ ਪੈਸੇ ਲੈ ਲੈਣੇ ਆ। ਚਲੋ ਹੁਣ ਸ਼ੇਰ ਨੂੰ ਵੀ ਟੱਕ ਟੁੱਕ ਟਿੱਕ ਟੱਕ ਦਿਓ। ਜ਼ਬਾਦ ਬੱਤੀ ਆਵਾਜ਼ ਬੰਨੂ ਬਾਰੀਆਂ ਬਤੋਰਾ ਬੱਤਾ ਜ਼ਬ ਕੜਾਕਾ ਵੀ ਕੜਾ ਕੀ ਬੂਤ ਤੜਾਤਾ ਵੀ ਕੜਾਕਾ ਵੀ ਤੜਾਤਾ ਵਰਤੋ। ਸੰਦੂਕ ਖੋਲ ਦਿਓ। ਇਹਦੇ ਵਿੱਚ ਤੇ ਕੱਖ ਵੀ ਨਹੀਂ ਆ। ਹੈ ਸ਼ੇਰ ਕੱਢਣ ਦਾ ਕਿਹਾ ਸੀ, ਤੂੰ ਮੈਨੂੰ ਵੀ ਡੱਕਤਾ। ਬਾਦਸ਼ਾਹ ਮੇਰੇ ਕੋ ਗਲਤ ਹੋ ਗਿਆ, ਮੈਨੂੰ ਇਜਾਜ਼ਤ ਦੇ, ਹੁਣੇ ਸਹੀ ਕਰ ਦਿੰਦਾ।
ਕਬਾਦ ਦੀ ਜ਼ਮੁੰਦਾ। ਠਹਿਰ ਜਾ ਭਾਈ, ਐਡਾ ਤੂੰ ਜਾਦੂਗਰ ਕਬਾਦ ਦੀ ਜ਼ਮੁੰਦਾ, ਇਹ ਕੰਮ ਤੇਰੇ ਕੋਲ ਹੋ ਜਾਣਾ ਸੀ ਜੇ ਤੂੰ ਏਡੇ ਜੋਗਾ ਹੁੰਦਾ, ਹੋਰ ਮੌਕਾ ਨੀ ਤੈਨੂੰ ਮਿਲਣਾ। ਅੱਛੂ ਬੇਟੇ, ਇਹ ਤਾਂ ਫੇਲ ਹੋ ਗਿਆ ਮੁੰਡਾ। ਬਾਦਸ਼ਾਹ, ਇਹੋ ਜਿਹੇ ਕੰਮਾਂ 'ਚ ਤੇ ਫਿਰ ਇਸ ਤਰ੍ਹਾਂ ਹੀ ਹੁੰਦਾ ਹੁੰਦਾ। ਉਹ ਬਾਦਸ਼ਾਹ, ਮੇਰੇ ਕੋਲ ਇੱਕ ਬੰਦਾ ਵਾ ਜਿਹੜਾ ਇਹ ਕੰਮ ਕਰ ਸਕਦਾ, ਬਸ ਤੇਰੀ ਜ਼ਿਆਦਾ ਚਾਹੀਦੀ, ਫਿਰ ਵੇਖਿਓ ਭਾਈ ਕਿੰਝ ਆਉਂਦਾ। ਬੇਟੇ ਤੂੰ ਕੀ ਸਮਝਿਆ ਵੀ ਇਹ ਕੋਈ ਐਵੇਂ ਜਿਹਾ ਕੰਮ ਆ? ਉਹ ਬਾਦਸ਼ਾਹ, ਉਹ ਕੋਈ ਆਮ ਜਿਹਾ ਜਾਦੂਗਰ ਨਹੀਂ ਆ, ਉਸ ਬੰਦੇ ਨੂੰ ਮੈਂ ਸਪੈਸ਼ਲ ਬੰਗਾਲ ਤੋਂ ਬੁਲਾਇਆ ਇਸ ਕੰਮ ਵਾਸਤੇ। ਉਹਦਾ ਨਾਂ ਹੈ ਕਾਲੀ ਬਾਬੂ, ਜੇ ਮੇਰੀ ਗੱਲ ਮੰਨੇ ਤੇ ਇੱਕ ਮੌਕਾ ਉਹਨੂੰ ਵੀ ਦੇ ਕੇ ਵੇਖ। ਬੁਲਾਵਾਂ ਫਿਰ ਉਹਨੂੰ? ਬੁਲਾਓ। ਇਹ ਕਾਲੀ ਜਾਦੂਗਰ ਹਾਜ਼ਰ ਹੋਵੇ। ਲੈ ਵੀ ਕਾਲੀ ਮਾਂ ਦਿਆ ਕਾਲਿਆ ਬੱਚਿਆ, ਤੇਰੇ ਕੋਲੋਂ ਇੱਕ ਕੰਮ ਕਰਾਉਣਾ। ਸਾਡੇ ਕੋਲ ਇੱਕ ਸ਼ੇਰ ਆ ਤੇ ਇੱਕ ਪਿੰਜਰਾ ਵਾ, ਸ਼ੇਰ ਨੂੰ ਹੱਥ ਲਾਇਓ ਬਗੈਰ ਪਿੰਜਰੇ ਤੋਂ ਬਾਹਰ ਕੱਢ ਲੇਗਾ। ਅਵਸ਼ੇ, ਜ਼ਰੂਰ ਕੱਢ ਲਾਂਗਾ ਬਾਹਰ, ਅਵਸ਼ੇ ਬੱਚਾ। ਆਏ ਜਾਦੂਗਰ ਭੈਣ, ਮੈਨੂੰ ਬਾਹਰ ਕੱਢ ਲਓ, ਮੈਂ ਤੇ ਮਰ ਗਿਆ ਇੱਥੇ। ਫਿਕਰ ਨਾ ਕਰ ਬਾਲਕ, ਤੈਨੂੰ ਵੀ ਬਾਹਰ ਕੱਢ ਲੂ। ਅੱਛਾ ਅੱਛਾ, ਪਰਦਾ ਸਿੱਟ ਦਿਓ। ਕੜਵੱਤਾ ਗੜਗਿੱਲੀਆਂ, ਪੰਜ ਪੈਂਟਾਂ ਦੋ ਕਿੱਲੀਆਂ, ਕਸਮ ਲੈ ਲਾ ਜੇ ਸੱਜਣਾ ਨੂੰ ਮਿਲੀਆਂ, ਇਸੇ ਲਈ ਢਿੱਲੀਆਂ ਜਿਵੇਂ ਉਸਤਾਦ ਕਾਲੀ ਬਾਬੂ ਕੜਵਿੱਲੀਆਂ। ਨਿਰਦੋਸ਼ ਗੰਗਾ ਜਲ ਸੱਟ ਲੱਗ ਜਾਵੇ ਤੇ ਆਇਓਡੈਕਸ ਮਲ ਮੇਰਾ ਜਾਦੂ ਜਾਵੇ ਜੇ ਚੱਲ। ਚਲੋ ਬਈ, ਹੁਣ ਇਸ ਪਿੰਜਰੇ ਤੋਂ ਪਰਦਾ ਚੁੱਕ ਕੇ ਮੇਰਾ ਜਾਦੂ ਵੇਖੋ। ਸਾਡੇ ਕੋਲ ਹੁਣ ਇੱਕੋ ਹੀ ਮੌਕਾ ਰਹਿ ਗਿਆ। ਅੱਛੂ ਬੇਟੇ ਮੇਰਾ, ਸੁਣ, ਆ ਜਾ ਹੁਣ ਮੈਦਾਨ ਦੇ ਵਿੱਚ ਕਰਕੇ। ਲੈ ਹੁਣੇ ਲੈ ਬਾਦਸ਼ਾਹ। ਬਾਦਸ਼ਾਹ, ਮੈਨੂੰ ਨਾ ਦੋ ਤੱਤੀਆਂ ਦੀਆਂ ਸੀਖਾਂ ਦੇ ਦੇ। ਜ਼ਰੂਰ ਦਿਓ ਵੀ ਅੱਛੂ ਨੂੰ ਦੋ ਤੱਤੀਆਂ ਸੀਖਾਂ। ਲੈ ਉਹ ਸੀਖਾਂ, ਨਾਸਾਂ ਸਾੜ ਦਊ ਤੇ ਮੈਂ ਵੱਖੀ ਨਾ ਪਾੜ ਦਊ। ਲੈ ਬਾਦਸ਼ਾਹ, ਖਿਲ ਰਿਹਾ ਪਿਆ ਹੀ ਤੇਰਾ ਸ਼ੇਰ। ਉਹ ਮੈਨੂੰ ਤੇ ਪਤਾ, ਮੈਂ ਕਿਹਾ ਦੇਖਾਂ ਪਹਿਲਾਂ ਤੈਨੂੰ ਵੀ ਪਤਾ ਹੈਗਾ ਕਿ ਨਹੀਂ। ਕਦੀ ਤੇ ਝੂਠ ਬੋਲਣਾ ਛੱਡ ਦੇ ਬਾਦਸ਼ਾਹ, ਤਿੰਨੀ ਮਿੰਟੀ ਤੇਰਾ ਸ਼ੇਰ ਬਾਹਰ ਕੱਢ ਕੇ ਰੱਖ ਦਿੱਤਾ, ਜੇ ਕੱਢਦੇ ਹੋਇਆ ਮੇਰੇ ਹੱਥ ਸੜ ਜਾਂਦੇ ਤੇ ਤੂੰ ਤੇ ਪੱਟੀ ਲਈ ਪੈਸੇ ਵੀ ਨਹੀਂ ਸੀ ਦੇਣੇ। ਉਹ ਇਸ ਬਾਦਸ਼ਾਹ ਨੂੰ ਤੇਰੀ ਕਦਰ ਦਾ ਨਹੀਂ ਪਤਾ, ਮੇਰੇ ਕੋਲ ਲਾਹੌਰ ਆ, ਮੈਂ ਤੈਨੂੰ ਲੈਟਰੀਨਾ ਪਾ ਦਾਂਗਾ, ਬੜਾ ਕੰਮ ਚੱਲੂਗਾ। ਮੈਨੂੰ ਲੱਗਦਾ ਤੂੰ ਭੁੱਲ ਗਿਆ, ਵਿਆਹਾਂ ਦੇ ਸੀਜ਼ਨ ਆਉਣ ਵਾਲੇ, ਆਪਾਂ ਬਹੁਤ ਪੈਸੇ ਕਮਾਵਾਂਗੇ। ਤੇਰੀਆਂ ਤੇ ਰੈਸਲਾਂ ਹੋਈਆਂ ਤਾਂ ਮੈਂ ਵੀ ਕਰ ਲੂੰਗਾ, ਬਸ ਮੇਰਾ ਬਾਜਾ ਥੋੜਾ ਜਿਹਾ ਖਰਾਬ ਆ, ਮੈਂ ਭੇਜਿਆ ਬੈਕਰੀ ਤੇ ਸਹੀ ਕਰਨ। ਆਵੇਗਾ ਵੀ ਆਵੇਗਾ, ਬਾਦਸ਼ਾਹ ਵੱਲ ਥੱਲੇ ਆਵੇਗਾ, ਆਵੇਗਾ ਵੀ ਆਵੇਗਾ, ਅੱਛੂ ਇਹਨੀਆਂ ਗੱਲਾਂ ਵਿੱਚ ਆਵੇਗਾ। ਉਹ ਮਰੋ ਸ਼ੋਖਿਓ। ਗੁੱਡਾ ਬੁਲੰਦ ਹੋ, ਮੰਨਿਆ ਯਾਰ ਬਾਦਸ਼ਾਹ ਤੂੰ ਬੜੀ ਸ਼ੈ ਆ ਤੇ ਹਰ ਬੰਦਾ ਤੇ ਤੋਂ ਬੜਾ ਖੁਸ਼ ਆ ਤੇ ਤੈਨੂੰ ਦਵਾਵਾਂ ਦਿੰਦਾ। ਮੈਨੂੰ ਵੀ ਪਤਾ, ਅੱਲਾ ਤੈਨੂੰ ਲੰਬੀ ਜ਼ਿੰਦਗੀ ਦੇਵੇ ਬਾਦਸ਼ਾਹ, ਤੈਨੂੰ ਸਭ ਕੁਛ ਪਤਾ, ਪਰ ਇੱਕ ਗੱਲ ਦਾ ਨਹੀਂ ਪਤਾ, ਉਹ ਗੱਲ
ਫੇਰ ਕਦੀ ਦੱਸੋ। ਹੁਣ ਤੂੰ ਗੱਲ ਦੱਸਣੀ ਆ ਕਿ ਧੌਣ ਲਵਾਉਣੀ ਆ? ਉਹ ਐਸੀ ਕਿਹੜੀ ਗੱਲ ਆ ਜਿਹਦਾ ਬਾਦਸ਼ਾਹ ਜਜ਼ਬਾਤ ਅਲੀ ਨੂੰ ਨਹੀਂ ਪਤਾ? ਚੱਲ ਹੁਣ ਗੱਲ ਦੱਸ। ਬਾਦਸ਼ਾਹ, ਵੈਸੇ ਤਾਂ ਤੂੰ ਸਾਰੀ ਜਨਤਾ ਦਾ ਖਿਆਲ ਰੱਖਦਾ, ਪਰ ਯਾਰ ਕਦੀ ਤੂੰ ਇਹ ਸੋਚਿਆ ਕਿ ਤੇਰੇ ਵਾਲਦੈਨ ਜੰਨਤ 'ਚ ਆ ਕਿ ਦੋਜ਼ਖ 'ਚ ਆ? ਉਹ ਬੇਟੇ, ਮੈਨੂੰ ਲੱਗਦਾ ਸ਼ੇਵਾ ਕਰ ਕਰਕੇ ਤੇਰੀ ਅਕਲ 'ਤੇ ਵੀ ਉਸ ਤਰ੍ਹਾਂ ਫਿਰ ਗਿਆ। ਉਹ ਬਾਦਸ਼ਾਹ ਦੇ ਵਾਲਦੈਨ ਜੰਨਤ 'ਚ ਹੀ ਹੋਣੇ ਆ। ਮੈਂ ਮਾਰ ਕੇ ਥੱਪੜਾ ਤੇਰਾ ਪਤਲਾ ਜਿਹਾ ਮੂੰਹ ਢਾ ਦੇਣਾ। ਮੈਂ ਗਲਤੀ ਦੀ ਮਾਫ਼ੀ ਚਾਹੁੰਦਾ, ਮੈਂ ਤਾਂ ਵੈਸੇ ਹੀ ਗੱਲ ਕੀਤੀ ਸੀ। ਅਸੀਂ ਉਹਨਾਂ ਦੀ ਯਾਦ ਦੇ ਵਿੱਚ ਹਰ 14 ਤਰੀਕ ਨੂੰ ਦਰਬਾਰ ਦੇ ਵਿੱਚ ਲੰਗਰ ਤਕਸੀਮ ਕਰਦੇ ਹਾਂ। ਮੈਂ ਤੇ ਉਹਨਾਂ ਦੀਆਂ ਕਬਰਾਂ ਇਦਾਂ ਦੀਆਂ ਬਣਾਤੀਆਂ, ਕੋਈ ਮੰਨਦਾ ਹੀ ਨਹੀਂ ਵੀ ਇਹ ਵੀ ਕਬਰ ਆ। ਉਹ ਤੁਸੀਂ ਬਾਦਸ਼ਾਹ ਬੰਦੇ ਜੇ ਬਹੁਤ ਕੁਝ ਕਰਦੇ ਹੋਣੇ, ਪਰ ਕਦੀ ਜ਼ਹਿਮਤ ਗਵਾਰਾ ਕੀਤੀ ਜੇ ਕਿ ਕੋਈ ਬੰਦਾ ਭੇਜ ਕੇ ਪਤਾ ਹੀ ਕਰਵਾ ਲਈਏ ਕਿ ਤੁਹਾਡੀਆਂ ਨਿਆਜ਼ਾਂ ਤੋਂ ਖੁਸ਼ ਵੀ ਆ ਕਿ ਨਹੀਂ? ਤੇਰੇ ਹੁਣ ਪੁੱਠੇ ਹੱਥ ਦੀ ਚੰਡ ਪੈ ਜਾਣੀ ਆ ਪਾਗਲ ਦਿਆ ਪੁੱਤਰਾ, ਕੋਈ ਜੰਨਤ 'ਚ ਜਾ ਕੇ ਵਾਪਸ ਕਿੱਦਾਂ ਆ ਸਕਦਾ? ਇਹ ਕਿਹੜੀ ਵੱਡੀ ਗੱਲ ਆ ਬਾਦਸ਼ਾਹ? ਮੈਂ ਇੱਕ ਐਸੇ ਜੋਗੀ ਨੂੰ ਜਾਣਦਾ ਵਾਂ ਜਿਹੜਾ ਕਿਸੇ ਨੂੰ ਵੀ ਜੰਨਤ 'ਚ ਘੱਲ ਕੇ ਕਿਸੇ ਦਾ ਵੀ ਪਤਾ ਲਵਾ ਕੇ ਅਤੇ ਉਹਨੂੰ ਵਾਪਸ ਵੀ ਲਿਆ ਸਕਦਾ ਵਾ। ਅਤੇ ਨਾਲੇ ਤੁਹਾਡਾ ਜਿਹੜਾ ਵਜ਼ੀਰ ਅਸਲਮ ਆ ਨਾ, ਉਹਦਾ ਬੜਾ ਮਰੀਦ ਆ, ਤੁਸੀਂ ਉਹਨੂੰ ਦਰਬਾਰ 'ਚ ਬੁਲਾ ਕੇ ਪੁੱਛ ਲਓ ਭਾਵੇਂ। ਠੀਕ ਆ, ਸਵੇਰੇ ਹੀ ਉਸ ਜੋਗੀ ਨੂੰ ਮੇਰੇ ਦਰਬਾਰ ਦੇ ਵਿੱਚ ਪੇਸ਼ ਕਰੋ। ਬਾਅਦ 'ਚ ਸਵੇਰੇ ਫਸਟ ਟਾਈਮ ਹੀ ਆ ਜਾਓ। ਅਸਲਮ ਬੁਲਾਇਆ ਉਸ ਜੋਗੀ ਨੂੰ? ਮੈਂ ਕਿਹਾ ਵੀ ਸੀ ਸਵੇਰੇ ਬੁਲਾਇਆ ਉਹਨੂੰ। ਉਹ ਬਾਦਸ਼ਾਹ, ਉਹ ਜੋਗੀ ਤਾਂ ਸਵੇਰ ਦਾ ਕਿਲੇ ਦੇ ਬਾਹਰ ਖਲੋਤਾ, ਹੁਣ ਤੇ ਉਹ ਵਿਚਾਰਾ ਥੱਕ ਗਿਆ ਹੋਣਾ। ਤੁਸੀਂ ਵੀ 2 ਘੰਟੇ ਅੰਦਰ ਵੜਦੇ ਹੋ ਨਾਨ ਵਾਸਤੇ ਤੇ ਨਿਕਲਦੇ ਹੀ ਨਹੀਂ, ਛੇਤੀ ਕਰੋ ਬੁਲਾਓ। ਹਾਂ ਜੋਗੀ, ਹਾਂ ਜੋਗੀ, ਜੋਗੀ ਹੋਕ ਸੋਚ, ਹੋਕ ਸੋਚ, ਮਰ ਜਾਣਾ ਰੁੜ ਜਾਣਾ ਤੇਰਾ ਸਭ ਕੁਛ। ਆਓ ਆਓ ਜੋਗੀ ਬਾਬਾ, ਮੈਂ ਸੁਣਿਆ ਤੁਸੀਂ ਜੰਨਤ ਦੇ ਵੀਜ਼ੇ ਲਾਉਂਦੇ ਜੇ। ਆਹੋ ਲਾਉਂਦੇ ਆ, ਵੀਜ਼ੇ ਵੀ ਲਾਉਂਦੇ ਆ ਤੇ ਉਹਦੇ ਨਾਲ ਸ਼ਾਮ ਨੂੰ ਫਰੂਟ ਵਾਲੀ ਰੇੜੀ ਵੀ ਲਾਉਂਦੇ ਆ, ਤੇ ਜੇ ਕੋਈ ਬੰਦਾ ਜੰਨਤ ਦੀ ਸੈਰ ਕਵੇ ਤੇ ਕਰਾਉਂਦੇ ਆ ਤੇ ਵਾਪਸ ਵੀ ਬੁਲਾਉਂਦੇ ਆ। ਜੋਗੀ ਬਾਬਾ, ਫਿਰ ਪਤਾ ਲਾ ਕੇ ਦੱਸੋ ਵੀ ਮੇਰੇ ਮਾਂ ਪਿਓ ਜੰਨਤ 'ਚ ਠੀਕ ਠਾਕ ਨੇ ਕਿ ਨਹੀਂ? ਲਵਾ ਲੈਨੇ ਆ ਪਤਾ ਤੇਰੇ ਮਾਂ ਪਿਓ ਦਾ ਵੀ, ਲੇਕਿਨ ਇਹਦੇ ਵਾਸਤੇ ਤੈਨੂੰ ਕੋਈ ਐਸਾ ਖਾਸ ਬੰਦਾ ਦੇਣਾ ਹੋਵੇਗਾ ਜਿਹਦੇ ਤੇ ਤੈਨੂੰ ਇਤਮਾਦ ਹੋਵੇ, ਨਹੀਂ ਤਾਂ ਜੰਨਤ ਜਾ ਕੇ ਕਿਸੇ ਦਾ ਵਾਪਸ ਆਉਣ ਨੂੰ ਦਿਲ ਨਹੀਂ ਕਰਦਾ। ਬਾਦਸ਼ਾਹ, ਮੇਰਾ ਖਿਆਲ ਆ ਕਿ ਅੱਛੂ ਖਾਨ ਨੂੰ ਘੱਲ ਦੇਣਾ ਚਾਹੀਦਾ, ਕਿਉਂਕਿ ਦਰਬਾਰ 'ਚ ਅੱਛੂ ਖਾਨ ਨਾਲ ਜ਼ਿਆਦਾ ਕਾਬਲੇ ਇਤਬਾਰ ਬੰਦਾ ਕੋਈ ਵੀ ਨਹੀਂ ਹੈਗਾ, ਤੇ ਸਿਰਫ ਇਹੀ ਆ ਜਿਹੜਾ ਤੁਹਾਡੇ ਮਾਂ ਪਿਓ ਦਾ ਪਤਾ ਲਵਾ ਕੇ ਤੇ ਵਾਪਸ ਵੀ ਆ ਸਕਦਾ। ਅੱਛੂ ਬੇਟੇ ਚਲਾ ਜਾ, ਮਾਂ ਪਿਓ ਸਾਂਝੇ ਹੀ ਹੁੰਦੇ ਆ। ਬਾਦਸ਼ਾਹ, ਮੈਂ ਹੀ ਤੇਰੇ ਹੱਥ ਆਇਆ ਵਾਂ, ਮਰੇ ਤੇਰਾ ਕਿਸੇ ਹੋਰ ਤੇ ਧਿਆਨ ਨਹੀਂ ਪੈਂਦਾ। ਠੀਕ ਆ, ਇਹ ਜੋਗੀ ਰੇ ਜੋਗੀ, ਤੇਰੇ ਪੰਗਿਆਂ ਨੇ ਕਰ ਦਿੱਤਾ ਰੋਗੀ, ਮੈਨੂੰ ਇਹ ਤੇ ਦੱਸ ਮੈਂ ਜਾਵਾਂਗਾ ਕਿੱਦਾਂ ਤੇ ਵਾਪਸ ਕਿੱਦਾਂ ਆਵਾਂਗਾ? ਅਸੀਂ ਇੱਕ ਅੱਗ ਲਾਵਾਂਗੇ ਬੱਚਾ, ਤੇ ਤੈਨੂੰ ਉਸ ਅੱਗ ਦੇ ਵਿੱਚ ਛਲਾਂਗ ਮਾਰਨੀ ਪਵੇਗੀ, ਅਸੀਂ ਜੰਨਤ ਦਾ ਰਸਤਾ ਬਣਾ ਦੇਵਾਂਗੇ, ਤੇਰੇ ਕੋਲ 2 ਮਹੀਨੇ ਦਾ ਟਾਈਮ ਹੋਏਗਾ ਵਾਪਸ ਆਉਣ ਦਾ, ਤੂੰ ਬਾਦਸ਼ਾਹ ਦਾ ਕਾਬਲ ਇਤਮਾਦ ਬੰਦਾ ਹੈ, ਯਕੀਨ ਕਰਦੇ ਆ ਵਾਪਸ ਆਏਗਾ। ਮਰ ਜਾਣਾ ਰੋੜ ਜਾਣਾ ਤੇਰਾ ਸਭ ਕੁਛ। ਬਾਬਾ, ਇਹ ਅੱਗ ਲਾਵੇਗਾ ਕਿੱਥੇ ਤੂੰ? ਵੈਸੇ ਤੇ ਅੱਗ ਅਸੀਂ ਘਰ ਕਰ ਲਈ ਆ ਬੱਚਾ, ਤੇ ਸਾਡੀ ਅੱਗ ਬੁੱਝਣ ਦਾ ਨਾਂ ਨਹੀਂ ਲੈਂਦੀ ਭਾਵੇਂ ਮੀਂਹ ਪੈ ਜਾਵੇ, ਪਰ ਅਸੀਂ ਇਹ ਅੱਗ ਸਮਣਾਬਾਦ ਚੌਂਕ ਚਲਾਵਾਂਗੇ। ਠੀਕ ਆ ਫਿਰ ਬਾਦਸ਼ਾਹ, ਘਰੋਂ 2 ਮਹੀਨੇ ਯਾਰ ਦੂਰ ਰਹਿਣਾ ਵਾ, ਤੂੰ ਇੰਜ ਕਰ ਮੈਨੂੰ 4-5 ਦਿਨ ਦੀ ਛੁੱਟੀ ਦੇ ਦੇ, ਮੈਂ ਵੀ ਕੋਈ ਫੁੱਫੀ ਮਾਮੀ ਦਾ ਨਾਂ ਪੁੱਛ ਲਵਾਂ, ਖਬਰੇ ਉੱਥੇ ਮਿਲ ਜਾਣ। ਕੋਈ ਗੱਲ ਨਹੀਂ ਅੱਛੂ ਬੇਟੇ, ਜੋਗੀ ਬਾਬਾ ਅੱਛੂ 4-5 ਦਿਨ ਤੋਂ ਬਾਅਦ ਵਾਪਸ ਆਏਗਾ, ਤੁਸੀਂ ਆਪਣੀ ਤਿਆਰੀ ਕਰੋ ਉਨੀ ਦੇਰ। ਬਸੰਤ ਦਾ ਦਿਨ ਹੋਵੇ, ਬਾਦਸ਼ਾਹ ਸਲਾਮਤ ਅਲੀ ਦਾ ਗੁੱਡਾ ਬੁਲੰਦ ਹੋਵੇ। ਜੀ ਪਟਾਖ ਦਮ ਪੁਖਤ ਕੜਿੰਬਾ, ਉਗਲਾ ਚਮਨ ਜਮੀਰ ਚਬਾਰੋ, ਪਰਲਾ ਪਵਨ ਪੀਰ ਪਵਾਰੋ, ਹਰਬਲ ਕਿੰਨੀ ਨਾਰ ਦੀ ਦਮ ਯੱਕ ਸੁਨਾ ਪੜਬੜੀਆਂ। ਹੁਣ ਆ ਜਾ ਅੱਛੂ ਬੇਟੇ ਐਣੂ। ਲੈ ਬੁਰਾ ਫਿਰ ਬਾਦਸ਼ਾਹ। ਅੱਛੂ ਬੇਟੇ, ਮੈਨੂੰ ਤੇਰੇ ਤੇ ਬਹੁਤ ਉਮੀਦ ਏ। ਇਹ ਤੇ ਫਿਰ ਬਾਦਸ਼ਾਹ ਬਸ ਤੇਰੀ ਦੀਦ ਏ। ਜੋਗੀ ਬਾਬਾ, ਮੇਰਾ ਪੁੱਤਰ ਆ, ਇਹਨੂੰ ਕਿਤੇ VIP ਡੱਬੇ 'ਚ ਘੱਲ ਦਿਓ। ਹੌਸਲਾ ਰੱਖ ਬਾਦਸ਼ਾਹ, ਤੂੰ ਤੇ ਦਿੱਲੀ ਛੱਡ ਗਿਆ ਏ, ਅਸੀਂ ਤਾਂ ਬੜੇ ਬੜੇ ਬੰਦਿਆਂ ਨੂੰ ਜੰਨਤ 'ਚ ਭੇਜ ਕੇ ਵਾਪਸ ਬੁਲਾਉਂਦੇ ਆ। ਇਹ ਨਿਕਾ ਜਿਹਾ ਹੁੰਦਾ ਸੀ ਜਦੋਂ ਦਾ ਮੇਰੇ ਕੋਲ ਹੈ। ਮਰ ਜਾਣਾ ਰੁੜ ਜਾਣਾ ਅੱਛੂ ਬੇਟੇ ਤੇਰਾ ਸਭ ਕੁਛ।
ਲੈ ਬਾਦਸ਼ਾਹ ਬੱਚੇ, ਅੱਛੂ ਦਾ ਤੁਰ ਗਿਆ ਜੰਨਤ ਦੇ ਰਸਤੇ ਨੂੰ ਤੇਰੇ ਮਾਂ ਪਿਓ ਦਾ ਪਤਾ ਕਰਵਾਉਣ, ਤੇ ਜੇ ਉਹ ਬੰਦੇ ਦਾ ਪੁੱਤਰ ਹੋਇਆ ਤੇ 2 ਮਹੀਨੇ 'ਚ ਵਾਪਸ ਆ ਜਾਏਗਾ। ਅੱਛੂ ਜ਼ਰੂਰ ਵਾਪਸ ਆਏਗਾ, ਬਾਦਸ਼ਾਹ ਕੋਲ ਤੇ ਉਹਦੇ ਨਾਲੋਂ ਜ਼ਿਆਦਾ ਇਤਬਾਰ ਵਾਲਾ ਬੰਦਾ ਹੀ ਕੋਈ ਨਹੀਂ ਹੈਗਾ। ਹਾਂ, ਬਾਕੀ ਤੇ ਸਭ ਚੋਰ ਆ। ਲੈ ਬਾਦਸ਼ਾਹ ਬੱਚੇ, ਸਾਡੀ ਫਰੂਟ ਵਾਲੀ ਰੇੜੀ ਲਾਉਣ ਦਾ ਟਾਈਮ ਹੋਇਆ, ਤੂੰ ਵੀ ਚੱਲ। ਬਾਦਸ਼ਾਹ ਦਾ ਗੁੱਡਾ ਬਲੰਦ ਹੋ, ਆਵੇਗਾ ਵੀ ਆਵੇਗਾ, ਬਾਦਸ਼ਾਹ ਬਸ ਲੈ ਆਵੇਗਾ। ਬਾਦਸ਼ਾਹ ਸਲਾਮਤ, 3 ਮਹੀਨੇ ਦਾ ਕਿਲੇ ਦਾ ਬਿੱਲ ਹੋ ਗਿਆ ਜੀ, ਅੱਜ ਕੱਟਣ ਵਾਲੇ ਵੀ ਆਏ ਸੀ। ਕਸੂਰ ਤੇਰਾ ਹੁੰਦਾ, ਤਨਖਾਹਾਂ ਸਾਡੀਆਂ ਚੋਂ ਕੱਟ ਲੈਣਾ। ਵੇ ਬਾਦਸ਼ਾਹ, ਕੀ ਸੋਚਣ ਦੇ ਜੇ? ਓ ਜਾ ਮੇਰਾ ਦਿਮਾਗ ਨਾ ਖਰਾਬ ਕਰ, ਮੈਨੂੰ ਤੇ ਆਪਣਾ ਪੁੱਤਰ ਅੱਛੂ ਹੀ ਯਾਦ ਆਈ ਜਾਂਦਿਆ। 2 ਮਹੀਨੇ ਹੋ ਗਏ, ਹਾਲੇ ਤੱਕ ਨਹੀਂ ਆਇਆ। ਉਹ ਜੋਗੀ ਬਾਬਾ ਨੇ 2 ਮਹੀਨਿਆਂ ਦਾ ਹੀ ਕਿਹਾ ਸੀ ਨਾ? ਹਾਂਜੀ, ਪਰ ਜੋਗੀ ਬਾਬਾ ਨੇ ਇੱਕ ਹੋਰ ਗੱਲ ਵੀ ਕੀਤੀ ਸੀ ਕਿ ਉੱਥੇ ਜਾ ਕੇ ਬਹੁਤ ਸਾਰੇ ਲੋਕ ਆ ਜਿਹੜੇ ਵਾਪਸ ਨਹੀਂ ਆਉਂਦੇ, ਕਿਉਂਕਿ ਉੱਥੇ ਦਾ ਮਾਹੌਲ ਉਹਨਾਂ ਨੂੰ ਬਹੁਤ ਪਸੰਦ ਆਉਂਦਾ ਵਾ, ਤੇ ਅੱਛੂ ਦੀਆਂ ਤੇ ਮੋਜਾਂ ਹੀ ਲੱਗੀਆਂ ਹੋਣੀਆਂ ਨੇ। ਨਹੀਂ, ਮੈਨੂੰ ਅੱਛੂ ਦਾ ਪਤਾ ਵਾ, ਉਹ ਮੁੜ ਕੇ ਵਾਪਸ ਆਊਗਾ। ਬਾਦਸ਼ਾਹ ਦਾ ਗੁੱਡਾ ਬੁਲੰਦ ਹੋ। ਹੈ ਦਾੜੀ, ਉਹ ਖੁਸ਼ ਆਮਦੀਦੋ, ਮੇਰਾ ਅੱਛੂ ਪੁੱਤਰ ਆਇਆ। ਬੇਟੇ ਕੀ ਹਾਲ ਆ ਤੇਰਾ? ਤੇਰੇ ਸਾਹਮਣੇ ਆ ਬਾਦਸ਼ਾਹ, ਠੀਕ ਠਾਕ। ਚੱਲ ਹੁਣ ਛੇਤੀ ਨਾ ਦੱਸ ਦੇ, ਮੇਰੇ ਮਾਂ ਪਿਓ ਜੰਨਤ 'ਚ ਖੁਸ਼ ਵੀ ਹੈਗੇ ਕਿ ਨਹੀਂ? ਬਾਦਸ਼ਾਹ, ਪਹਿਲੀ ਗੱਲ ਤੇ ਇਹ ਆ ਕਿ ਜੰਨਤ ਬਹੁਤ ਸੋਹਣੀ ਆ, ਜਿੰਨਾ ਮੈਂ ਸੁਣਿਆ ਸੀ ਉਹ ਤੋਂ ਬਹੁਤ ਜ਼ਿਆਦਾ ਸੋਹਣੀ ਨਿਕਲੀ। ਤੇ ਪਿੱਛੇ ਰਹੀ ਤੁਹਾਡੇ ਮਾਂ ਪਿਓ ਦੀ ਗੱਲ, ਤੇ ਉਹਨਾਂ ਸਾਰਿਆਂ ਨੂੰ ਮੈਂ ਮਿਲਿਆ, ਉਹ ਬਹੁਤ ਖੁਸ਼ ਨੇ। ਜੋਗੀ ਨੇ ਸਹੀ ਕਿਹਾ ਸੀ ਕਿ ਜੰਨਤ 'ਚ ਜਾ ਕੇ ਵਾਪਸ ਆਉਣ ਨੂੰ ਦਿਲ ਨਹੀਂ ਜੇ ਕਰਦਾ ਕਿਸੇ ਦਾ ਵੀ। ਆਉਣਾ ਤੇ ਮੈਂ ਵੀ ਨਹੀਂ ਸੀ, ਲੇਕਿਨ ਮੈਂ ਮਜਬੂਰ ਸੀ ਕਿ ਮੈਂ ਤੁਹਾਡੇ ਨਾਲ ਵਾਅਦਾ ਕੀਤਾ, ਇਸ ਲਈ ਆ ਗਿਆ ਵਾਂ। ਸ਼ਾਬਾਸ਼ ਬੇਟੇ, ਮੈਨੂੰ ਪੂਰਾ ਯਕੀਨ ਸੀ ਕਿ ਮੇਰਾ ਪੁੱਤ ਅੱਛੂ ਵਾਪਸ ਮੁੜ ਕੇ ਆਊਗਾ। ਇਹਦਾ ਮਤਲਬ ਕਿ ਮੇਰੇ ਮਾਂ ਪਿਓ ਠੀਕ ਨੇ। ਉਹ ਮੈਨੂੰ ਇਹ ਦੱਸ, ਤੂੰ ਇੰਨੇ ਵਾਲ ਕਿਉਂ ਵਧਾ ਲਏ? ਪਰ ਬਾਦਸ਼ਾਹ, ਉਹਨਾਂ ਨੇ ਇੱਕ ਪੈਗਾਮ ਵੀ ਘੱਲਿਆ ਸੀ ਮੇਰੇ ਰਾਹ ਤੈਨੂੰ। ਜੰਨਤ 'ਚ ਤੇ ਨਾ ਹੀ ਕੋਈ ਨਹੀਂ ਜੇ ਲੱਭਦਾ, ਇਸੇ ਲਈ ਮੇਰੇ ਵਾਲ ਵਧੇ। ਉੱਥੇ ਤੇ ਸਾਰੇ ਆਰਫ ਲੁਹਾਰ ਦੇ ਸ਼ਾਗਿਰਦ ਬਣੇ ਨੇ। ਪੈਗਾਮ ਇਹ ਆ ਕਿ ਬਾਦਸ਼ਾਹ ਨੂੰ ਕਹੀਂ ਆਪਣਾ ਨਾਈ ਸਾਡੇ ਕੋਲ ਘੱਲੋ। ਜ਼ਰੂਰ ਜਾਏਗਾ, ਬੁਲਾਓ ਫਿਰ ਨਾਈ ਨੂੰ, ਤੇ ਨਾਲ ਉਹਦੇ ਜੋਗੀ ਬਾਬੇ ਨੂੰ ਵੀ ਬੁਲਾਓ। ਇਹ ਵੀ ਚੰਗਾ ਹੋਇਆ ਵੀ ਮੈਂ ਜੋਗੀ ਬਾਬੇ ਨੂੰ ਜਾਣ ਨਹੀਂ ਦਿੱਤਾ, ਉਹ ਤੇ ਕਿਲੇ ਦੇ ਵਿੱਚ ਸਾਡਾ ਖਾਸ ਮਹਿਮਾਨ ਆ। ਇਹ ਕਿੱਦਾਂ ਬਚ ਗਿਆ? ਮੈਂ ਕਿਹਾ ਬਾਬਿਓ ਸਲਾਮ। ਜੋਗੀ ਬਾਬਾ, ਮੈਂ ਤੇਰਾ ਬੜਾ ਸ਼ੁਕਰ ਗੁਜ਼ਾਰ ਹਾਂ ਕਿ ਤੂੰ ਅੱਛੂ ਨੂੰ ਜੰਨਤ 'ਚ ਘੱਲਿਆ ਮੇਰੇ ਮਾਂ ਪਿਓ ਦਾ ਪਤਾ ਲੈਣ। ਅੱਛੂ ਬੇਟੇ ਨੇ ਮੈਨੂੰ ਦੱਸਿਆ ਵੀ ਜੰਨਤ ਦੇ ਵਿੱਚ ਤਾਂ ਨਾਈ ਕੋਈ ਨਹੀਂ, ਤੇ ਮੇਰੇ ਮਾਂ ਪਿਓ ਕਹਿੰਦੇ ਨੇ ਵੀ ਉੱਥੋਂ ਨਾਈ ਨੂੰ ਘੱਲ, ਤੇ ਹੁਣ ਤੂੰ ਤਿਆਰੀ ਕਰ ਇਸ ਨਾਈ ਨੂੰ ਜੰਨਤ 'ਚ ਘੱਲਣ ਦੀ। ਇਹਨੂੰ ਹੁਣ ਤੂੰ ਸਵੇਰੇ ਜੰਨਤ ਦੀ ਪਹਿਲੀ ਬੱਸ 'ਚ ਬਾ ਦੇ। ਮੈਂ ਇੱਕ ਤੈਨੂੰ ਬਹੁਤ ਬੜਾ ਇਨਾਮ ਦਿਆਂਗਾ, ਕਿਉਂਕਿ ਮੈਂ ਤੇਰੇ ਤੋਂ ਬਹੁਤ ਖੁਸ਼ ਹੋਇਆ। ਉਹ ਬਾਦਸ਼ਾਹ, ਮਾਫ ਕਰ ਦੇ ਯਾਰ, ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਤੇਰੇ ਨਾਲ ਧੋਖਾ ਕੀਤਾ ਵਾ। ਇਹ ਜੋਗੀ ਨਿਗਾਹ ਤੇ ਨਾੜਾ ਲੈ ਜਾਉਂ 'ਚ ਬੱਸਾਂ ਨੂੰ ਡੀਪੇ ਦਿੰਦਾ ਵਾ। ਇਹ ਮੈਂ ਸਾਰਾ ਕੁਛ ਅਸਲਮ ਦੇ ਕਹਿਣ ਤੇ ਕੀਤਾ ਵਾ। ਇਹ ਅੱਛੂ ਕੋਲੋਂ ਬੜਾ ਸੜਦਾ ਵਾ, ਇਸ ਲਈ ਉਹਨੂੰ ਸਾੜਨਾ ਚਾਹੁੰਦਾ ਸੀਗਾ। ਮੈਂ ਇਹ ਨਹੀਂ ਮਰਨਾ, ਉਹ ਮੇਰੇ ਤੇ ਤਰਸ ਖਾ, ਮੈਂ ਇਹ ਮਰਨਾ ਨਹੀਂ ਚਾਹੁੰਦਾ। ਮੇਰੇ ਵੱਡੇ ਵੱਡੇ ਬੱਚੇ ਨੇ, ਉਹਨਾਂ ਨੂੰ ਖਵਾਊਗਾ ਕੌਣ? ਮੈਨੂੰ ਨਹੀਂ ਪਤਾ ਅੱਛੂ ਕਿੱਦਾਂ ਬਚ ਗਿਆ, ਮਾਫ ਕਰ ਦੇ। ਮੇਰੇ ਨਾਲ ਧੋਖਾ, ਤੂੰ ਮੈਨੂੰ ਬਹੁਤ ਬੜਾ ਗੁਨਾਹਗਾਰ ਬਣਾ ਦਿੱਤਾ ਵਾ ਅੱਛੂ ਪੁੱਤਰ ਦਾ। ਸਿਪਾਹੀਓ, ਇਹਨੂੰ ਲੈ ਜਾਓ ਤੇ ਇਹਨੂੰ ਕੁੱਤੇ ਨੂੰ ਤੌਣੀ ਲਾਓ। ਅਸਲਮ, ਮੈਂ ਚਾਹਵਾਂ ਤੇ ਤੇਰੀ ਧੌਣ 1 ਫੁੱਟ ਲੰਮੀ ਕਰ ਦਿਆਂ, ਪਰ ਮੈਨੂੰ ਖਿਆਲ ਆਉਂਦਾ ਕਿ ਤੂੰ ਬੜੀ ਦੇਰ ਮੇਰੀ ਸੇਵਾ ਕੀਤੀ ਹੈ, ਇਸ ਤੋਂ ਮੈਂ ਤੈਨੂੰ ਮਾਫ ਕਰਦਾ। ਆ ਕਾਫਰਾਂ ਵਾਲੀ ਬੂਥੀ ਹੁਣ ਮੇਰੇ ਤੋਂ ਦੂਰ ਲੈ ਜਾ। ਸਿਪਾਹੀਓ, ਇਹਨੂੰ ਉੱਥੇ ਛੱਡਿਓ ਜਿੱਥੇ ਇਹਨੂੰ ਬੱਸ ਨਾ ਲੱਭੇ, ਇਸ ਬਗੈਰਤ ਦੀ ਇਹੀ ਸਜ਼ਾ ਵਾ। ਅੱਛੂ ਬੇਟੇ, ਮੈਂ ਤੇਰੇ ਕੋਲੋਂ ਮਾਫ਼ੀ ਚਾਹੁੰਦਾ, ਪਰ ਤੂੰ ਇਹ ਦੱਸ ਦੇ ਤੂੰ ਉੱਥੋਂ ਬਚਿਆ ਕਿੱਦਾਂ? ਤੈਨੂੰ ਪਤਾ ਕਿੱਦਾਂ ਲੱਗਾ ਵੀ ਇਹ ਸਾਰਾ ਡਰਾਮਾ ਵਾ? ਮੇਰਾ ਪੁੱਤ, ਜ਼ਰਾ ਤਫਸੀਲ ਨਾਲ ਦੱਸ। ਉਹ ਯਾਰ ਬਾਦਸ਼ਾਹ, ਜਦੋਂ ਆ ਝੂਠਾ ਬਾਬਾ ਨਹੀਂ ਸੀ ਆਇਆ ਸਾਡੇ ਦਰਬਾਰ 'ਚ, ਤੇ ਲੱਗਾ ਹੋਇਆ ਸੀ ਸੜ ਜਾਏਗਾ ਮਰ ਜਾਏਗਾ, ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਸਾਰਾ ਡਰਾਮਾ ਵਾ। ਤੇਰੀ ਵੀ ਇੱਕ ਬੁਰੀ ਜਿਹੀ ਆਦਤ ਆ, ਤੂੰ ਹਰ ਇੱਕ 'ਤੇ ਯਕੀਨ ਕਰ ਲੈਂਦਾ, ਇਸ ਲਈ ਮੈਂ ਚੁੱਪ ਰਿਹਾ। ਅਤੇ ਮੈਂ ਤੇਰੇ ਕੋਲ ਪਤਾ ਛੁੱਟੀ ਕਿਉਂ ਮੰਗੀ ਸੀ? ਉਹ ਇਸ ਵਾਸਤੇ ਕਿ ਜਿਸ ਜਗ੍ਹਾ 'ਤੇ ਇਸ ਜੋਗੀ ਨੇ ਅੱਗ ਲਾਉਣੀ ਸੀ, ਮੈਂ ਉੱਥੇ ਮਜ਼ਦੂਰ ਲਵਾ ਕੇ ਸਰੋਂਗ ਆਪਣੇ ਘਰ ਤੱਕ ਲੈ ਗਿਆ ਸੀ। ਅਤੇ ਫਿਰ ਉਸ ਦਿਨ ਜਿੱਦਣ ਮੈਂ ਅੱਗ ਦੇ ਵਿੱਚ ਵੜਨ ਲੱਗਾ ਨਾ, ਮੈਂ ਬਿਲਕੁਲ ਸਰੋਂਗ ਦੇ ਦਰਵਾਜ਼ੇ 'ਤੇ ਖਲੋਤਾ ਸੀ। ਅਤੇ ਜਦੋਂ ਹੀ ਬਾਬਾ ਅੱਗ ਲਾਉਣ ਲੱਗਾ, ਮੈਂ ਸਰੋਂਗ ਦਾ ਦਰਵਾਜ਼ਾ ਖੋਲ੍ਹਿਆ ਅਤੇ ਵਿੱਚ ਵੜ ਗਿਆ। ਪੰਜਾਂ ਮਿੰਟਾਂ 'ਚ ਆਪਣੇ ਘਰ। ਬਸ ਫਿਰ ਮੇਰੀ ਅਕਲ ਇਹ ਕਹਿੰਦੀ ਸੀ ਕਿ ਜਿਹਨੇ ਮੇਰੇ ਖਿਲਾਫ਼ ਸਾਜ਼ਿਸ਼ ਕੀਤੀ ਆ ਉਹ ਆਪਣੇ ਜੁਰਮ ਨੂੰ ਆਪ ਕਬੂਲ ਕਰੇ, ਅਤੇ ਵੱਡਾ ਕਸੂਰਵਾਰ ਸੀਗਾ ਉਹ ਨਾਈ।
ਤੇ ਫਿਰ 2 ਮਹੀਨੇ ਚਾਹੀਦੇ ਸੀ ਵਾਲ ਲੰਬੇ ਕਰਨ ਨੂੰ, ਉਹ ਵੀ ਕਰ ਲੈ ਫਿਰ। ਕਿਆ ਬਾਤ ਹੈ ਬੇਟੇ, ਬਹੁਤ ਅੱਛੇ। ਇਹ ਹੁਣ ਵਾਲ ਕਟਾਈ ਨਾ, ਤੈਨੂੰ ਪਤਾ ਅੱਗੇ ਫੰਕਸ਼ਨ ਆ ਰਹੇ ਨੇ ਤੇ ਉਹਨਾਂ ਦੇ ਵਿੱਚ ਬਹੁਤ ਜ਼ਰੂਰੀ ਨੇ। ਉਹ ਜਾ ਕੰਮ ਕਰ ਬਾਦਸ਼ਾਹ। ਆਵੇਗਾ ਉਹ ਵੀ ਆਵੇਗਾ ਬਾਦਸ਼ਾਹ। चुनरी में दाग दिखाऊं कैसे मेरा गाना तुसी सुनते हो ताड़ा सबरा कैसे ओ मेरी वक्की विच फोड़ाए मनाऊं कैसे आए गाना सुनन तुसी बह गए हो पर वेला ताड़े प्यो ने करवाउणियां सी तबले आले नू देना है 500 में लेना है 1000 ਦੁਨੀਆਂ ਜੇ ਤਾਂ ਬੜੇ ਬੜੇ ਫਨਕਾਰ ਪਏ ਹੋਏ ਆ। ਹੁਣ ਤੂੰ ਹੋ ਗਿਆ ਸ਼ੋਖਾ, ਕਹਿ ਜੋ ਦਿੱਤਾ ਵੀ ਤੂੰ ਸਰੀਲਾ ਵਾ। ਬਾਦਸ਼ਾਹ ਮੁੜ ਜਾ, ਕਿਤੇ ਪੱਕਾ ਹੀ ਨਾ ਹੋ ਜਾਏ। ਬੀਰਬਲ, ਉੱਥੇ ਤੂੰ ਨਹੀਂ ਬੋਲਿਆ, ਮੈਂ ਸਹੀ ਤਾਰੀਫ ਨਹੀਂ ਕੀਤੀ ਉਹਦੀ। ਉਹ ਬਾਦਸ਼ਾਹ, ਗੱਲ ਇਹ ਆ ਕਿ ਤਾਨਸੇਨ ਸਾਹਿਬ ਨੇ ਸਹੀ ਕਿਹਾ ਕਿ ਤੁਸੀਂ ਅਜੇ ਮਸੀਕੀ ਸੁਣੀ ਨਹੀਂ। ਦੁਨੀਆਂ 'ਚ ਬੜੇ ਬੜੇ ਮਹਾਂਗੁਰੂ ਰਹਿੰਦੇ ਨੇ ਅਜੇ ਸੁਣਨ ਵਾਲੇ। ਬੇਟੇ ਤੈਨੂੰ ਵੀ ਲੱਗਦਾ ਅਕਲਮੋਤ ਭੁੱਲ ਗਈ ਆ, ਸਵੇਰੇ ਸਵੇਰੇ ਮੇਰੇ ਖਿਲਾਫ ਹੋ ਗਿਆ, ਜੇ ਕੋਈ ਚੰਗਾ ਲੱਭਦਾ ਤਾਂ ਫੜ ਲਿਆ ਜਾ ਕੇ। ਬੇਟੇ ਮੈਂ ਸਾਰੀ ਰਾਤ ਸੋਚਦਾ ਰਿਹਾ ਵੀ ਮੈਂ ਤੈਨੂੰ ਕਿਹੜਾ ਕੰਮ ਦਵਾਂ ਜਿਹੜਾ ਤੇਰੇ ਕੋਲ ਹੋਵੇ ਹੀ ਨਾ। ਮਜ਼ਾ ਤਾਂ ਆਉਂਦਾ ਤੂੰ ਖੂਹ ਦੇ ਵਿੱਚ ਉਤਰਿਓ ਬਗੈਰ ਤੇ ਕਿਸੇ ਸ਼ੈ ਦਾ ਸਹਾਰਾ ਲਿਓ ਬਗੈਰ ਮੁੰਦਰੀ ਕੱਢੇ। ਉਹ ਬਾਦਸ਼ਾਹ, ਇਹ ਤਾਂ ਮੈਂ ਕੱਢ ਹੀ ਲਵਾਂਗਾ, ਬਾਕੀ ਗੱਲ ਇਹ ਆ ਕਿ ਤਾਨਸੇਨ ਦੇ ਉਸਤਾਦ ਸਾਹਿਬ ਬੜੇ ਮਹਾਨ ਨੇ। ਤਾਨਸੇਨ ਉਸਤਾਦ ਤਾਂ ਦੱਸਿਆ ਹੀ ਨਹੀਂ। ਹਾਂਜੀ ਸਰਕਾਰ, ਮੇਰੇ ਉਸਤਾਦ ਬੜੇ ਮਹਾਨ ਗੁਲੂਕਾਰ ਨੇ ਤੇ ਉਹ ਅਮਰੀਕਾ ਗਏ ਹੋਏ ਨੇ ਫੰਕਸ਼ਨ ਕਰਨ ਲਈ, ਅਗਲੇ ਮਹੀਨੇ ਲੋਟਣਗੇ। ਬਾਦਸ਼ਾਹ ਹੁਣ ਬੇਸਬਰਾ ਨਾ ਹੋਈ, ਮੇਰੇ ਕੋਲ ਮਹੀਨੇ ਦਾ ਟਾਈਮ ਆ, ਮੈਂ ਤੇਰੀ ਮੁੰਦਰੀ ਵੀ ਕੱਢ ਲੈਂਦਾ ਵਾਂ ਤੇ ਨਾਲੇ ਇਹਦਾ ਉਸਤਾਦ ਵੀ ਆ ਜਾਏਗਾ। ਠੀਕ ਹੈ ਅੱਛੂ, ਯਾਦ ਰੱਖੀ ਤੇਰੇ ਕੋਲ ਦੋਵਾਂ ਕੰਮਾਂ ਵਾਸਤੇ 1 ਮਹੀਨਾ ਹੀ। ਲਓ ਬਈ, ਫਿਰ 1 ਮਹੀਨੇ ਤੋਂ ਬਾਅਦ ਕੀ ਹੋਇਆ ਭਲਾ? ਅੱਛੂ ਜਾਨੀ, ਕੀ ਹੋ ਗਿਆ ਪੁੱਤ, ਭੁੱਲ ਗਿਆ ਤੂੰ ਆਪਣੀ ਗੱਲ? ਤਾਨਸੇਨ ਦਾ ਉਸਤਾਦ ਸਾਹਿਬ ਨਹੀਂ ਆਇਆ? ਉਹ ਮੇਰਿਆ ਬਾਦਸ਼ਾਹ, ਮੈਨੂੰ ਕੁਛ ਨਹੀਂ ਉਹ ਭੁੱਲਿਆ, ਉਸਤਾਦ ਸਾਹਿਬ ਅਮਰੀਕਾ ਤੋਂ ਵਾਪਸ ਆ ਚੁੱਕੇ ਨੇ। ਤੇ ਫਿਰ ਤੇਰੇ ਨਾਲ ਉਹ ਇਸ ਦਰਬਾਰ 'ਚ ਕਿਉਂ ਨਹੀਂ ਆਏ? ਸਰਕਾਰ, ਉਹਨਾਂ ਦੀ ਤਬੀਅਤ ਠੀਕ ਨਹੀਂ ਸੀ, ਰਾਹ ਦੇ ਵਿੱਚ ਉਹਨਾਂ ਨੇ ਕਿਸੇ ਸਵਾਰੀ ਕੋਲ ਜੂਸ ਪੀਤਾ ਤੇ ਫਿਰ ਉਹ ਬੇਹੋਸ਼ ਹੋ ਗਏ, ਜਿਹਦੀ ਵਜ੍ਹਾ ਨਾਲ ਕਿਸੇ ਨੇ ਉਹਨਾਂ ਦਾ 500 ਕੱਢ ਲਿਆ। ਹੈਂ, ਇਹ ਸਵਾਰੀਆਂ ਬੜੀਆਂ ਨਾਮਰਾਦ ਹੁੰਦੀਆਂ। ਇੱਕ ਵਾਰੀ ਮੈਂ ਚਕਵਾਲ ਤੋਂ ਫੰਕਸ਼ਨ ਕਰਕੇ ਆ ਰਿਹਾ ਸੀ, ਮੇਰਾ ਤਾਂ ਪੂਰਾ 2000 ਹੀ ਕੱਢ ਲਿਆ ਉਹਨਾਂ ਨੇ। ਕੋਈ ਨਹੀਂ, ਸਵੇਰੇ ਅਸੀਂ ਤੇਰੇ ਉਸਤਾਦ ਨੂੰ ਮਿਲਣ ਆਪ ਹੀ ਉਹਦੇ ਘਰ ਚੱਲ ਜਾਵਾਂਗੇ। ਬਾਦਸ਼ਾਹ ਦਾ ਗੁੱਡਾ ਬੁਲੰਦ ਹੋ। ਓਏ ਮੁੜ ਜਾ, ਉਹ ਮਰ ਵੀ ਹੈਗਾ ਤੂੰ ਸ਼ੋਖਾ। ਸਰਕਾਰ, ਅੱਗੇ ਘੋੜੇ ਵੀ ਨਹੀਂ ਜਾ ਸਕਦੇ, ਪੈਦਲ ਹੀ ਤਕਲੀਫ ਕਰਨਾ ਪਊ ਤੁਹਾਨੂੰ, ਆ ਜਾਓ ਮੇਰੇ ਨਾਲ। ਬੇਟੇ ਤਾਨਸੇਨ, ਤੇਰੇ ਉਸਤਾਦ ਏਡੇ ਮਹਾਨ ਨੇ ਤੇ ਫਿਰ ਇਸ ਸੁਨਸਾਨ ਜਗ੍ਹਾ ਤੇ ਕਿਉਂ ਰਹਿੰਦੇ ਨੇ? ਸਰਕਾਰ, ਮਹੱਲੇ 'ਚ ਲੋਕ ਉਹਨਾਂ ਦੇ ਰਿਆਜ਼ ਤੋਂ ਤੰਗ ਨੇ, ਇਸ ਲਈ ਇੱਥੇ ਜ਼ਰਾ ਖੁੱਲ੍ਹ ਕੇ ਮੁਨੱਵਰ ਹੋ ਜਾਂਦਾ। ਲਓ ਸਰਕਾਰ, ਇੱਥੇ ਖਲੋ ਕੇ ਇੰਤਜ਼ਾਰ ਕਰੋ, ਰਿਆਜ਼ ਦੇ ਦੌਰਾਨ ਉਹਨਾਂ ਨੂੰ ਕੋਈ ਛੇੜੇ ਨਾ ਤਾਂ ਸਰਮੰਡਲ ਕੱਢ ਮਾਰਦੇ ਨੇ। ਵੈਸੇ ਵੀ ਉਹਨਾਂ ਦਾ ਟਾਈਮ ਹੋਇਆ ਹੁਣ ਝੁੱਗੀ 'ਚੋਂ ਬਾਹਰ ਆਉਣ ਦਾ। ਉਹ ਉਹਨੂੰ ਜਾ ਕੇ ਦੱਸੋ ਬਾਦਸ਼ਾਹ ਆਇਆ ਵਾ, ਉਹ ਸਵਾਰੀ ਨਹੀਂ ਆਈ ਜਿਹਨੇ ਜੂਸ ਪਿਆਇਆ ਸੀ।
ਸਰਕਾਰ ਤੁਸਾਂ ਜੋ ਮਰਜ਼ੀ ਕਹਿ ਲਓ, ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਬਾਹਰ ਆਉਣਾ ਤੇ ਬਿਹਤਰ ਸਾਡੇ ਵਾਸਤੇ ਇਹੀ ਆ ਕਿ ਇੱਥੇ ਖਲੋ ਕੇ ਉਹਨਾਂ ਦਾ ਇੰਤਜ਼ਾਰ ਕਰੀਏ। ਸਲਾਮ ਹੋਵੇ ਗੁਰੂ ਜੀ। ਬੜੀ ਗੱਲ ਆ ਵੀ ਬਾਦਸ਼ਾਹ ਵੀ ਆਇਆ, ਬੜੀ ਗੱਲ ਆ। ਬਹਿ ਜਾ ਬਾਦਸ਼ਾਹ। ਮੈਂ ਸੁਣਿਆ ਸੀ ਤੁਸੀਂ ਬਹੁਤ ਚੰਗਾ ਗਾਉਂਦੇ ਜੇ, ਪਰ ਮੈਂ ਮੰਨਦਾ ਨਹੀਂ ਸੀਗਾ। ਪਰ ਮੈਂ ਹੁਣ ਇਸ ਗੱਲ ਨੂੰ ਮੰਨ ਗਿਆ ਕਿ ਤੁਸੀਂ ਸਭ ਤੋਂ ਵੱਡੇ ਤੇ ਮਹਾਨ ਫਨਕਾਰ ਹੋ। ਤੂੰ ਮੈਨੂੰ ਮਹਾਨ ਕਹੀ ਜਾਂਦਾ ਤਾਂ ਤੇਰੀ ਮਿਹਰਬਾਨੀ ਆ। ਮੈਂ ਤਾਂ ਪੂਰਾ ਮਹੀਨਾ ਅਮਰੀਕਾ ਵੀ ਗਾ ਕੇ ਆਇਆ ਤੇ ਦੱਸੋ 150 ਰੁਪਈਆ ਮਿਲਿਆ ਮੈਂ। ਲੈ ਜਾ ਬੇਟੇ ਨੂਰੇ, ਲੈ ਜਾ। ਲੈ ਲੈ ਲੈ। ਮੈਨੂੰ ਪਤਾ ਲੱਗਾ ਤੁਹਾਡਾ ਕਿਸੇ ਨੇ 500 ਕੱਢ ਲਿਆ ਜੂਸ ਪਿਆ ਕੇ। ਆ ਮੈਂ 150 ਰੁਪਈਆ ਲੈ ਕੇ ਆਇਆ, ਬਾਕੀ ਫੇਰ ਹੋ ਜੂ। ਮੇਰਾ 500 ਨਿਕਲ ਗਿਆ ਤੇ ਤੂੰ 150 ਲੈ ਕੇ ਮੇਰੇ ਕੋਲ ਆ ਗਿਆ। ਲੈ ਜਾ ਇਹਨੂੰ ਵਾਪਸ, ਮੈਨੂੰ ਨੀ ਚਾਹੀਦਾ। ਬਾਦਸ਼ਾਹ ਹੋ ਕੇ 150 ਰੁਪਈਆ ਲੈ ਕੇ ਆ ਗਿਆ। ਉਸਤਾਦ ਜੀ ਤੁਸੀਂ ਤਾਂ ਗੁੱਸਾ ਹੀ ਕਰ ਗਏ ਹੋ। ਮੈਂ ਅਸਲ 'ਚ ਕਿਲੇ ਦਾ ਬਿੱਲ ਤਾਰਤਾ, 3 ਮਹੀਨੇ ਦਾ ਇਕੱਠਾ ਹੋਇਆ ਸੀ, ਮੇਰੇ ਕੋਲ ਬਚੇ ਹੀ 1 ਕੁ ਨੇ। ਨਹੀਂ ਤੇ ਮੇਰੇ ਨਾਲ ਦਰਬਾਰ 'ਚ ਚੱਲੋ, ਉੱਥੇ ਜਾ ਕੇ ਜਿੰਨੇ ਮਰਜ਼ੀ ਇਕੱਠੇ ਕਰ ਲੈਣਾ। ਉਹ ਤੇ ਤੂੰ ਮੈਨੂੰ ਰਹਿਣ ਦੇ, ਇੱਥੇ ਮੇਰਾ ਤਾਂ ਟਿਕਾਣਾ ਹੀ ਇਹ ਹੀ ਆ। ਮੇਰੇ ਕੋਲ ਆ ਕੇ ਮੈਨੂੰ 150 ਰੁਪਈਆ ਦੇ ਦਿੰਦੇ ਆ, ਉੱਥੇ ਜਾ ਕੇ ਖਬਰੇ ਬਾਕੀ ਵੀ ਨਾ ਖੋ ਲਵੇ। ਤੇਰਾ ਪਤਾ ਵੀ ਕੋਈ ਨਹੀਂ ਪੁੱਤ, ਮੈਂ ਤੇਰੇ ਬਾਰੇ 'ਚ ਅੱਗੇ ਬਹੁਤ ਕਨਫਿਊਜ਼ ਗੱਲਾਂ ਸੁਣ ਚੁੱਕੀ ਆ। ਐਵੇਂ ਹੀ ਤੁਸੀਂ ਕੋਈ ਲੋਕਲ ਅਖਬਾਰ ਪੜ੍ਹ ਲਈ ਆ ਤੇ ਮੇਰਾ ਹੁਣ ਇੱਥੋਂ ਜਾਣਾ ਹੀ ਬੰਦ ਆ। ਅੱਲਾ ਚੰਗੀ ਕਰੇ। ਉਸਤਾਦ ਜਾਣਦੇ, ਮੈਂ ਬਿਲਕੁਲ ਸਹੀ ਗਿਆ। ਤੇਰਾ ਉਸਤਾਦ ਗਾਉਂਦਾ ਤੇ ਚੰਗਾ, ਪਰ ਮੈਨੂੰ ਇਹ ਦੱਸ ਇਸ ਵਰਾਨੇ 'ਚ ਇਹਨੂੰ ਅਖਬਾਰ ਕੌਣ ਪਹੁੰਚਾਉਂਦਾ? ਸਰਕਾਰ ਉਹ ਬਾਦਸ਼ਾਹ ਮੇਰੇ ਕੋਲ ਪੁੱਛ, ਅਖਬਾਰ ਇੱਥੇ ਕਿੱਦਾਂ ਪਹੁੰਚਦੀ ਆ। ਗੱਲ ਇਹ ਆ ਕਿ ਇਹਦੇ 2-4 ਸਟੂਡੈਂਟ ਸ਼ਹਿਰ ਆਉਂਦੇ ਇਹਦੇ ਕੋਲੋਂ ਤਾਲੀਮ ਲੈਣ ਤੇ ਕਦੀ ਕਦੀ ਉਸਤਾਦ ਵਾਸਤੇ ਪੁਰਾਣੀ ਅਖਬਾਰ 'ਚ ਪਕੌੜੇ ਲਪੇਟ ਕੇ ਲੈ ਆਉਂਦੇ ਨੇ। ਬਸ ਉਹਨਾਂ ਨੇ ਇੱਦਾਂ ਕੀਤਾ ਹੋਣਾ ਕਿ ਇੱਕ ਹਿੱਸੇ 'ਚੋਂ ਕੋਈ ਖਬਰ ਪੜ੍ਹ ਲਈ ਹੋਣੀ, ਦੂਜੇ 'ਚੋਂ ਕੋਈ, ਤੇ ਮਿਲਾ ਕੇ ਤੁਹਾਡੀ ਬਣਾਤੀ ਹੋਣੀ ਆ, ਉਹ ਸੁਣਾਤੀ। ਲੱਗਦਾ ਪਕੌੜਿਆਂ ਵਾਲੇ 'ਤੇ ਵੀ ਪਾਬੰਦੀ ਲਾਉਣੀ ਪੈਣੀ। ਯਾਦ ਆਇਆ ਅੱਛੂ ਬੇਟੇ, ਮੇਰੀ ਅੰਗੂਠੀ ਕਿੱਥੇ ਆ? ਭੁੱਲ ਤੇ ਨਹੀਂ ਗਿਆ ਕਿਤੇ? ਉਹ ਬਾਦਸ਼ਾਹ ਜਾਂਦੀ ਵਾਰੀ ਖੂਹ ਦੇ ਕੋਲੋਂ ਲੰਘਣਾ ਹੀ ਨਾ ਤੇ ਤੇਰੀ ਅੰਗੂਠੀ ਤੈਨੂੰ ਮਿਲ ਜੂਗੀ ਯਾਰ। ਚੱਲ ਫਿਰ ਵੇਖ ਲੈਂਦੇ ਹਾਂ। ਫਾੜੋ ਭਾਈ। ਠੀਕ ਆ ਵੀ, ਬੜੀ ਗੱਲ ਆ ਅੱਛੂ, ਇਹ ਦੱਸ ਵੀ ਤੂੰ ਕੱਢੀ ਕਿੱਦਾਂ ਵਾ? ਕੱਢੀ ਮੈਂ ਇੰਜ ਕੇ ਉਸ ਦਿਨ ਤੁਹਾਡੇ ਜਾਣ ਤੋਂ ਬਾਅਦ ਮੈਂ ਗੋਹਾ ਫੜਿਆ ਤੇ ਜਾ ਕੇ ਉਸ ਅੰਗੂਠੀ ਦੇ ਉੱਤੇ ਸਿੱਟ ਦਿੱਤਾ। ਕੁਛ ਦਿਨਾਂ ਬਾਅਦ ਗੋਹੇ ਦੀ ਸੋਕੇ ਪਾਥੀ ਬਣ ਚੁੱਕੀ ਸੀ ਤੇ ਮੁੰਦਰੀ ਉਹਦੇ 'ਚ ਜੰਮ ਚੁੱਕੀ ਸੀ ਤੇ ਫਿਰ ਇੱਕ ਦਿਨ ਜਦੋਂ ਬਾਰਿਸ਼ ਹੋਈ ਤੇ ਖੂਹ ਸਾਰਾ ਪਾਣੀ ਨਾਲ ਭਰ ਗਿਆ। ਖੂਹ 'ਚ ਪਾਣੀ ਭਰਨ ਦੀ ਵਜ੍ਹਾ ਨਾਲ ਉਹ ਪਾਥੀ ਤੈਰ ਕੇ ਉੱਤੇ ਆ ਗਈ
ਬਾਦਸ਼ਾਹ ਤੂੰ ਮੈਨੂੰ ਬੜੀਆਂ ਭੇਲੀਆਂ ਪਾਈਆਂ ਨਾ, ਅੱਜ ਤੂੰ ਵੀ ਮੇਰੀ ਇੱਕ ਭੇਲੀ ਬੁੱਝ ਕੇ ਦੱਸ ਕੇ ਇਹ ਗੋਇਆ ਮੱਝ ਦਾ ਸੀ ਕਿ ਕਿਸੇ ਗਾਈਂ ਦਾ ਸੀ, ਜੇ ਤੂੰ ਬੁੱਝ ਲਵੇਂ ਤੇ ਮੈਂ ਵੀ ਤੈਨੂੰ ਇੱਕ ਨਾਮ ਦਵਾਂਗਾ। ਅੱਛੂ ਬੇਟੇ ਮੈਨੂੰ ਦਾਤ ਦੇ, ਉਹ ਮੱਝਾਂ ਵੀ ਮੇਰੀਆਂ ਸੀ, ਸਮਝੇ ਸਰਕਾਰ? ਫਿਰ ਗੋਇਆ ਤੁਹਾਡਾ ਹੀ ਹੋਇਆ ਨਾ। ਓਏ ਅੱਛਾ ਬਾਦਸ਼ਾਹ ਤੂੰ ਹੀ ਜਿੱਤਿਆ ਯਾਰ, ਦੇਖ ਲੈ ਬੇਟੇ ਹਰ ਵਾਰੀ ਹਾਰ ਜਾਂਦਾ ਤੂੰ। ਸੁੱਕ ਗਿਆ, ਮੇਰੀਆਂ ਹੱਡੀਆਂ ਇੰਨੇ ਜੋਗੀਆਂ ਨਹੀਂ ਆ, ਮੈਂ ਬਾਦਸ਼ਾਹ ਨੂੰ ਮਿਲਣਾ ਵਾ, ਮਿਲ ਲੈਂਦੇ। ਉਹ ਸਬਰ ਕਰ ਬਾਬਾ, ਬਸ ਆ ਗਈ ਤੇਰੀ ਵਾਰੀ, 500 ਸ਼ਰਫੀਆਂ ਸਾਨੂੰ ਦੇ ਦੇ ਤੇ ਬਾਦਸ਼ਾਹ ਨੂੰ ਮਿਲ। ਉਹ ਕਾ ਦੇਣੀ, ਬਾਦਸ਼ਾਹ ਨੇ ਅੰਦਰ ਮੌਤ ਦਾ ਖੂਹ ਲਾਇਆ। ਉਹ ਬਾਬਾ ਜੁਗਤਾ ਨਾ ਕਰ, ਜੇ ਤੂੰ ਮਿਲਣਾ ਬਾਦਸ਼ਾਹ ਨੂੰ ਤੇ ਤੈਨੂੰ ਇਹ 500 ਸ਼ਰਫੀਆਂ ਦੇਣੀਆਂ ਹੀ ਪੈਣੀਆਂ, ਸਮਝਿਆ? ਬੱਲੇ ਵੀ ਬੱਲੇ, ਕਾਹਦੀ ਜੇਤ ਲਾਈ, ਮੈਂ ਇੰਨਾ ਜਵਾਨਾ ਹੈ ਨੀ ਮੇਰੇ ਕੋਲ ਇੱਕ ਵੀ ਪੈਸਾ। ਉਹ ਬਾਬਾ ਨਹੀਂ ਕੋਈ ਪੈਸਾ ਹੈਗਾ ਤੇ ਜਾ, ਇੱਥੇ ਸਾਡਾ ਕਾਨੂੰਨ ਆ ਬਸ, ਤੇ ਅਸੀਂ ਜੋ ਚਾਹਵਾਂਗੇ ਉਹੀ ਹੋਊ। ਆਪਣੇ ਸਰਦਾਰ ਕੋਲ ਲੈ ਜਾਵਾਂ, ਉਹੀ ਤੈਨੂੰ ਸਮਝਾਏਗਾ, ਚੱਲ। ਉਹ ਮੈਂ ਕਿਹਾ ਸਰਦਾਰ, ਇਹ ਬਾਬਾ ਕਹਿ ਰਿਹਾ ਕਿ ਮੈਂ ਪੈਸਾ ਵੀ ਕੋਈ ਨਹੀਂ ਦੇਣਾ ਤੇ ਬਾਦਸ਼ਾਹ ਨੂੰ ਮਿਲਣ ਅੰਦਰ ਵੀ ਜਾਣਾ। ਗੱਲ ਸੁਣੋ ਬਾਬਾ, ਅੰਦਰ ਜਾਣ ਦੇ ਪੈਸੇ ਤੇ ਤੈਨੂੰ ਦੇਣੇ ਹੀ ਪੈਣੇ ਆ। ਉਹ ਨਹੀਂ ਆ ਮੇਰੇ ਕੋਲ ਕੋਈ ਪੈਸਾ, ਇੱਕ ਵਾਰੀ ਗਿਆ, ਦੋ ਵਾਰੀ ਗਿਆ, ਫੇਰ ਪੈਸੇ। ਤੇਰੇ ਵਰਗੇ ਬਾਬੇ ਹੁੰਦੇ ਜਿਨ੍ਹਾਂ ਦਾ ਮੱਲੇ 'ਚ ਚਾਚਾ ਪਸੂੜੀ ਨਾ ਪਿਆ ਹੁੰਦਾ, ਸਾਡਾ ਐਵੇਂ ਟਾਈਮ ਨਾ ਜ਼ਾਇਆ ਕਰ, ਪੈਸੇ ਸਾਨੂੰ ਦੇਗਾ ਤੇ ਫੇਰ ਅੰਦਰ ਜਾਏਗਾ। ਵੇਖ ਲਾ ਹੈ ਮੋੜਦਾ, ਮੈਂ ਮਾਂ ਦੀ ਸਰੰਗੀ ਰੱਖ ਕੇ ਨੱਚਦਾ ਤੇ ਤੁਸਾਂ ਤਾਂ ਮੇਰੀ ਛੇੜ ਬਣਾ ਲਈ ਪੈਸੇ। ਓਏ ਬਾਬਾ, ਤੂੰ ਬੁੱਢਾ ਨਾ ਹੁੰਦਾ, ਤੈਨੂੰ ਇੱਥੇ ਲੰਮੇ ਪਾ ਲੈਣਾ ਸੀਗਾ। ਸਪਾਹੀਓ ਫੜੋ ਇਹਨੂੰ ਤੇ ਬਾਹਰ ਦਾ ਰਾਹ ਵਿਖਾਓ ਇਹਨੂੰ। ਮੈਂ ਕਿਹਾ ਸਲਾਮ ਹੋਵੇ ਪੁੱਤਰ ਨੂੰ, ਬਾਹਰ ਬੁੱਢਾ ਜਿਹਾ ਬੰਦਾ ਮਿਲਣ ਆਇਆ ਤੁਹਾਨੂੰ। ਮੈਨੂੰ? ਚਾਚਾ ਜੀ ਜਾਓ ਤੇ ਉਹਨੂੰ ਬੜੇ ਪਿਆਰ ਨਾਲ ਅੰਦਰ ਲੈ ਕੇ ਆਓ। ਪੁੱਤਰਾ ਸਲਾਮ ਹੋਵੇ, ਮੇਰੀ ਖਿਦਮਤ ਚ। ਦੱਸੋ ਚਾਚਿਓ ਕੀ ਕੰਮ? ਪਹਿਲਾਂ ਮੈਨੂੰ ਇਹ ਦੱਸ, ਉਹ ਕਿਹੜੇ ਚਵਲ ਜੇ ਬੰਦੇ ਗੇਟ ਤੇ ਖਲਾਰੇ ਪੈਂਦਾ ਅੰਦਰ ਹੀ ਲੰਘਦੇ ਤੇ? ਮੇਰੇ ਕੋਲ ਤਾਂ ਵਾਪਸੀ ਦਾ ਕਿਰਾਇਆ ਵੀ ਹੈ ਨਹੀਂ, ਮੈਂ ਬੁੱਢਾ ਡੇਰਾ ਬੰਦਾ ਰਾਜਸਥਾਨੋਂ ਆਇਆ, ਬਾਦਸ਼ਾਹ ਨੂੰ ਆਪਣੀ ਸਰੰਗੀ ਦੇ ਉੱਤੇ ਮੈਂ ਕਿਹਾ ਕੁਛ ਗਾਣੇ ਸ਼ਾਣੇ ਸੁਣਾ ਕੇ ਨਾਮ ਚਨਾਮ ਲਾਊਂਗਾ, ਪਰ ਮੇਰੇ ਨਾਲ ਉਹਨਾਂ ਨੇ ਬਹੁਤ ਬੁਰੀ ਕੀਤੀ, ਹੋਇਆ ਕੁਛ ਇਸ ਤਰ੍ਹਾਂ ਪੁੱਤ ਕੇ ਜਦੋਂ ਮੈਂ ਗੇਟ ਤੇ ਦਾ ਮਤਲਬ ਕਿ ਸਾਡੇ ਸਿਪਾਹੀ ਗਰੀਬ ਆਵਾਮ ਨੂੰ ਲੁੱਟ ਰਹੇ ਆ, ਮੈਨੂੰ ਕੁਛ ਕਰਨਾ ਪਏਗਾ। ਚਾਚੋ ਫਿਕਰ ਨਾ ਕਰੋ, ਬਾਦਸ਼ਾਹ ਤੁਹਾਡੇ ਗਾਣੇ ਜ਼ਰੂਰ ਸੁਣੇਗਾ, ਤੇ ਹੁਣ ਤੁਸੀਂ ਜਾਓ, ਬਸ ਥੋੜਾ ਜਿਹਾ ਟਾਈਮ ਲੱਗੇਗਾ। ਲੈ ਪੁੱਤਰਾ ਮੇਰੀ ਖਿਦਮਤ 'ਚ, ਫੇਰ ਸਲਾਮ। ਬਾਦਸ਼ਾਹ ਦੇ ਮਿਲਣਾ ਚਾਹਵੇ ਆ। ਉਹ ਜਮ ਜਮ ਮਿਲੋ ਬਾਦਸ਼ਾਹ ਨੂੰ ਬਾਬਿਓ, ਬਸ ਛੋਟਾ ਜਿਹਾ ਨਜ਼ਰਾਨਾ ਦੇ ਦਿਓ, ਬਾਦਸ਼ਾਹ ਨੂੰ ਮਿਲਣ ਵਾਸਤੇ 500 ਸ਼ਰਫੀਆਂ ਲੈਂਦੇ ਹੁੰਦੇ ਅਸੀਂ। ਰਾ ਮਾਰੇ ਪਾਸ ਨਹੀਂ ਆ 500 ਸ਼ਰਫੀਆਂ ਕੋਈ ਵੀ, ਮੰਨੇ ਤਾਂ ਮੰਜਾਰੇ ਲੋਕ ਹੈ, ਬਲੋਚਿਸਤਾਨ ਸੇ ਆਵੇ ਹੈ ਇੱਥਾਂ ਬਾਦਸ਼ਾਹ ਸੇ ਮਿਲਣ। ਉਹ ਚਾਚਾ ਨਹੀਂ ਪੈਸੇ ਦੇਣੇ ਤੇ ਜਾ ਇੱਥੋਂ, ਅਸੀਂ ਤੇ ਪੈਸੇ ਲੈਣੇ ਆ, ਨਹੀਂ ਤੇ ਅੰਦਰ ਨਹੀਂ ਜਾਣ ਦੇਣਾ। ਰਾ ਨਹੀਂ ਆ ਮਾਰੇ ਪਾਸ ਇਤਨੀ ਰਕਮ, ਬਾਦਸ਼ਾਹ ਨਾਮ ਦੇਵੇਗਾ ਤੋ ਆਧਾ ਹਿੱਸਾ ਧਾਰੇ ਕੋ ਦੇਵੇਗਾ। ਗੱਲ ਤੇ ਫਾਇਦੇ ਦੀ ਆ ਬਾਬਾ, ਇਹ ਗੱਲ ਸਰਦਾਰ ਨੂੰ ਪੁੱਛਣੀ ਪੈਣੀ ਹੈ, ਚੱਲ ਮੇਰੇ ਨਾਲ।
ਸਰਦਾਰ ਇਸ ਬੰਦੇ ਦੀ ਗੱਲ ਜ਼ਰਾ ਗੌਰ ਨਾਲ ਸੁਣ ਫਾਇਦੇ ਦੀ ਆ। ਬਾਬਾ ਜਿਹੜੀ ਗੱਲ ਵੀ ਕਰਨੀ ਹੈ ਇੱਕ ਗੱਲ ਪਰ ਜ਼ਿਹਨ 'ਚ ਰੱਖੀ, ਅੰਦਰ ਜਾਣ ਦੇ ਪੈਸੇ ਹੀ ਲੱਗਣੇ ਹੀ। ਪੈਸੇ ਤਾਂ ਹਮਾਰੇ ਪਾਸ ਨਾ ਹੀ ਆ। ਫਿਰ ਐਵੀਂ ਮੁਫ਼ਤ 'ਚ ਸਾਡਾ ਟਾਈਮ ਨਾ ਜ਼ਾਇਆ ਕਰੀ ਜਾ, ਅਸੀਂ ਨਹੀਂ ਜਾਣ ਦੇਣਾ। ਜਾ ਬਾਬਾ ਖੈਰ ਹੋਵੇ ਤੇਰੀ। ਹਮਾਰੇ ਪਾਸ ਇੱਕ ਹਾਲਾ ਹੈ, ਜਬ ਹਮ ਸੰਗੀਤ ਸੁਣਾਏਗਾ ਬਾਦਸ਼ਾਹ ਕੋ ਤਾਂ ਬਾਦਸ਼ਾਹ ਜੋ ਨਾਮ ਦੇਵੇਗਾ ਹਮ ਉਸਮੇ ਸੇ ਆਧਾ ਹਿੱਸਾ ਤੁਮਰੇ ਕੋ ਦੇਵੇਗਾ। ਅੱਧਾ ਹਿੱਸਾ ਨਾਮ ਦਾ, ਠੀਕ ਆ ਬਾਬਾ। ਇਹਨੂੰ ਲੈ ਜਾਓ, ਤੇਰੇ ਤੇ ਨਜ਼ਰ ਰੱਖਿਓ, ਇਹਨਾਂ ਨੂੰ ਆਦਤ ਹੁੰਦੀ ਫੰਕਸ਼ਨ 'ਚ ਅੱਧੇ ਧੋਰਮੇ ਸਾਈਡ ਤੇ ਲਾ ਲੈਂਦੇ ਹੀ। ਹਮ ਐਸੇ ਨਾ ਹੀ ਹੈ, ਅੱਛੇ ਹੈ। ਬਾਦਸ਼ਾਹ ਕਾ ਗੁੱਡਾ ਬੁਲੰਦ ਹੋਵਤ, ਹਮ ਰਾਜਸਥਾਨ ਸੇ ਆਇਆ ਹੈ, ਬਾਦਸ਼ਾਹ ਕੀ ਖਿਦਮਤ ਮੈਂ ਕੁਛ ਸੰਗੀਤ ਲੈ ਕੇ ਸੁਣਾਉਣਾ ਚਾਹਤੇ ਹੈ। ਹਮ ਸੁਨਤ ਹੈ, ਲਾ ਫਿਰ ਸ਼ੁਰੂ ਹੈ। ਜੱਫੀ ਉੱਠ ਕੇ ਜੇ ਪਾਵੇਂ ਇੱਕ ਵਾਰ ਗੁਜਰਾਤ ਰਾਜਾ ਬੈਜਾ ਸੈਕਲ ਤੇ, ਮੈਂ ਨੀਲ ਕੜਾਈਆਂ ਨੀਲ ਕਾਂ ਸੁਣ ਚਰਖੇ ਦੀ ਵਿਚੜੀ ਉਂਗਟੀਆਂ ਦਾਤਾ ਨੇ ਪਰਾਇਆ। ਜਾਵਾਂ ਵੀ ਸ਼ੋਖ ਆ, ਮੈਨੂੰ ਪਤਾ ਲੱਗ ਗਿਆ ਤੂੰ ਤਰਜ਼ਾਂ ਕਿੱਥੋਂ ਮਿਕਸ ਮੁਕਸ ਕਰਵਾ ਕੇ ਲਏ ਆ। ਇਹ ਅਜ਼ੀਜ਼ੀ ਸਟੂਡੀਓ ਦਾ ਕੰਮ ਆ ਨਾ। ਤੈਂ ਬਾਦਸ਼ਾਹ ਸਹੀ ਸਮਝਿਆ, ਇਸਮਾ ਤਰਜ਼ ਥੀ ਰਾਜੇ ਕੀ ਔਰ ਗਾਵਤ ਹੈ ਸਜਾਦ, ਔਰ ਇਸਕਾ ਮਿਊਜ਼ਿਕ ਭਲਾ ਕੌਣ ਕਰਤ ਹੈ? ਅਲੀ ਅਜ਼ੀਜ਼ੀ ਹੋਣਾ, ਉਹ ਇਹੋ ਜਿਹੇ ਕੰਮ ਕਰਦਾ, ਮੈਨੂੰ ਵੀ ਬਾਦਸ਼ਾਹ ਉਹਨੇ ਹੀ ਬਣਾਇਆ। ਬਾਕੀ ਬੜਾ ਮਜ਼ਾ ਆਇਆ ਵੀ ਤੇਰੀ ਸਿੰਗਿੰਗ ਦਾ, ਦੱਸ ਤੈਨੂੰ ਕੀ ਇਨਾਮ ਚਾਹੀਦਾ? ਮੂੰਹੋਂ ਬੋਲ ਤੂੰ ਬਸ। ਇਨਾਮ ਨਾ ਹੀ ਚਾਹੀਏ, 100 ਕੌੜੇ ਮਾਰਤ। ਉਹ ਮਿੱਠੇ ਮੰਗ, ਤੂੰ ਤਾਂ ਕੌੜੇ ਮੰਗੀ ਜਾਂਦਾ। ਮਾਰੇ ਕੋ ਬਸ ਕੋੜੇ ਮਾਰੋ। ਠੀਕ ਆ, ਜੇ ਤੂੰ ਨਹੀਂ ਟਲਦਾ ਤੇ ਤੇਰੀ ਇਹ ਖੁਆਇਸ਼ ਅਸੀਂ ਪੂਰੀ ਕਰ ਦਿੰਨੇ ਆ। ਸਪਾਹੀਓ, ਇਹਨੂੰ ਕੋੜੇ ਮਾਰੋ। ਹਮ ਕਹੇ ਹਾਂ ਇੱਥੇ ਹੀ ਠਹਿਰ ਜਾ, ਪਹਿਲੇ ਉਸ ਸ਼ਖਸ ਕੋ ਬੁਲਾਵੋ ਜਿਸ ਕੋ ਹਮਨੇ ਆਧਾ ਇਨਾਮ ਦੇਵਤ ਹੈ। ਉਹ ਆਧਾ ਇਨਾਮ ਉਹ ਕਾਹਦਾ ਬਈ? ਹਮਨਾ ਕਿਸੀ ਸੇ ਵਾਦਾ ਕੀਆ ਹੈ, ਕਿਉਂਕਿ ਹਮਰੇ ਪਾਸ ਨਾ ਹੀ ਤੇ ਪੈਸੇ ਅੰਦਰ ਆਨੇ ਕੇ ਲੀਏ, ਤੋ ਹਮਨਾ ਵਾਦਾ ਕੀਆ ਥਾ ਕਿਸੀ ਸੇ ਕਿ ਨਾਮ ਮਿਲੇਗਾ ਤੋ ਆਧਾ ਹਿੱਸਾ ਦੇਵੇਗੇ। ਬੁਲਾਓ ਉਹਨੂੰ। ਬਾਦਸ਼ਾਹ ਦਾ ਗੁੱਡਾ ਬੁਲੰਦ ਹੋ, ਸਰਕਾਰ ਕਿਵੇਂ ਯਾਦ ਕੀਤਾ ਸਾਨੂੰ? ਉਹ ਬਈ ਤੂੰ ਕਿਹੜਾ ਕੰਮ ਸ਼ੁਰੂ ਕੀਤਾ, ਬਾਹਰੋਂ ਬਾਹਰ ਹੀ ਛੱਪੜ ਗੁੱਲੀਆਂ, ਕੀ ਕਿਹਾ ਇਸ ਬੰਦੇ ਨੂੰ? ਹੈ ਕਾਹਦਾ ਆਧਾ ਹਿੱਸਾ ਮੰਗਦਾ? ਤੂੰ ਮਰੇ ਬਾਜਾ ਸੁਰਜ ਕਰਕੇ ਦਿੱਤਾ ਹੀ ਉਹਨੂੰ? ਲੈ ਜਾਓ ਇਹਨੂੰ, ਇਹਦੇ ਤੇ ਕੋਈ ਭਾਰਾ ਜਿਹਾ ਪੱਥਰ ਰੱਖੋ। ਕੀ ਕਹਿੰਦਾ? ਅੱਗੋਂ ਬੋਲਦਾ ਮੈਂ ਘਸੁੰਨੀ ਮਾਰ ਕੇ ਆਰਜ਼ੀ ਜਿਹਾ ਮੂੰਹ ਢਾ ਦੂ ਤੇਰਾ। ਮੈਂ ਤੈਨੂੰ 15-20 ਮਹੀਨੇ ਤਨਖਾਹ ਕੀ ਨੀ ਦਿੱਤੀ, ਤੂੰ ਲੋਕਾਂ ਕੋਲ ਪੈਸੇ ਝਾੜਨੇ ਸ਼ੁਰੂ ਕਰ ਦੇ, ਫੜੋ ਇਹਨੂੰ ਪਾਉ ਲੰਮਿਆ। ਚਲੋ ਪਿੱਛੇ ਲੱਗ। ਸਾਰਾ ਸ਼ੁਕਰੀਆ ਹੋਵੇ ਬਾਦਸ਼ਾਹ। ਅੱਛੂ ਬੇਟੇ ਬਸ ਕਰੋ, ਮੈਂ ਪਛਾਣ ਲਿਆ, ਹੁਣ ਵੱਡੇ ਫੁੱਫੜ ਦੀ ਦਾੜੀ ਵੀ ਲਾ ਦਿਓ ਮੂੰਹ ਤੋਂ, ਐਵੇਂ ਭਾਰ ਚੁੱਕੀ ਫਿਰਦਾ। ਉਹ ਬੇਟੇ ਮੈਂ ਤੇ ਫੈਸਲਾ ਬੜੀ ਦੇਰ ਦਾ ਦੇ ਦੇਣਾ ਸੀ, ਮੈਂ ਕਿਹਾ ਅੱਛੂ ਬੇਟੇ ਦੀ ਗੇਮ ਜਿਹੜੀ ਆ ਖਰਾਬ ਹੀ ਨਾ ਹੋ ਜਾਵੇ। ਬੜੀ ਗੱਲ ਆ ਬਾਦਸ਼ਾਹ, ਮੈਨੂੰ ਤਾਂ ਤੂੰ ਪਛਾਣ ਲਿਆ, ਪਰ ਉਹ ਜਿਹੜੇ ਬਾਹਰ ਲੋਕਾਂ ਨੂੰ ਲੁੱਟਣ ਦਏ ਆ ਉਹਨਾਂ ਨੂੰ ਤਾਂ ਤੂੰ ਫੜ ਨਹੀਂ ਸਕਿਆ। ਹੁਣ ਮੈਂ ਉਸ ਬਾਬੇ ਨੂੰ ਬੁਲਾਉਣਾ ਚਾਹੁੰਦਾ ਜਿਹੜਾ ਸੱਚੀ ਮੁੱਚੀ ਰਾਜਸਥਾਨ ਤੋਂ ਆਇਆ ਵਾ, ਇਜਾਜ਼ਤ ਦਿਓ ਬਾਹਰ ਸੁੱਕ ਗਿਆ ਜੇ। ਉਹ ਬੇਟੇ ਖੜਾ ਰਹਿਣ ਦੇ ਉਹਨੂੰ ਬਾਹਰ ਹੀ, ਮੈਂ ਤੈਨੂੰ ਇਨਾਮ ਦੇ ਦਾਂਗਾ, ਤੂੰ ਬਾਅਦ 'ਚ ਉਹਨੂੰ ਆਪੇ ਹੀ ਦੇ ਦੇਈ। ਅੱਜ ਤੋਂ ਬਾਅਦ ਤੂੰ ਮਿੰਨੀ ਬਾਦਸ਼ਾਹ ਵਾਂ। ਲੈ
ਲੈ ਵੀ ਕਿਲੇ ਚ ਲੱਗਦਾ ਕੋਈ ਸਿਰੀ ਸਿੱਟ ਗਿਆ, ਬੜੇ ਕਾਂ ਇਕੱਠੇ ਹੋਏ ਨੇ। ਸਹੀ ਗੱਲ ਆ ਸਰਕਾਰ, ਇਹਨਾਂ ਕਾਵਾਂ ਨੇ ਸਾਨੂੰ ਬਹੁਤ ਤੰਗ ਕੀਤਾ ਵਾ। ਇਹ ਨਿਆਣਿਆਂ ਦੀਆਂ ਛਾਵਾਂ ਲੈ ਕੇ ਉੱਡ ਜਾਂਦੇ, ਬਾਅਦ ਚ ਨਿਆਣੇ ਸਾਨੂੰ ਤੰਗ ਕਰਦੇ ਰਹਿੰਦੇ ਆ। ਮੈਂ ਇਹਨਾਂ ਕਾਵਾਂ ਨੂੰ ਮੁਕਾ ਤੇ ਦਵਾਂ, ਪਰ ਮੈਨੂੰ ਪਤਾ ਲੱਗੇ ਨਾ ਵੀ ਪੂਰੇ ਸ਼ਹਿਰ ਚ ਕਿੰਨੇ ਕਾਂ ਵਾ ਤੇ ਇਹ ਗਿਣਤੀ ਹੋ ਨਹੀਂ ਸਕਦੀ। ਉਹ ਬਾਦਸ਼ਾਹ, ਇਹ ਕੰਮ ਤੇ ਮੇਰੇ ਲਈ ਬਹੁਤ ਮਾਮੂਲੀ ਆ। ਲੈ ਵੀ ਹਰ ਕੰਮ ਚ ਤੂੰ ਹੀ ਅਕਲਮੰਦ ਆ, ਮੈਂ ਤੇ ਜਿਵੇਂ ਹੈਗਾ ਹੀ ਕੁਛ ਨਹੀਂ। ਉਹ ਪਾਗਲ ਹੋਇਆ ਗਿਣ ਸਕਦਾ ਕੋਈ ਕਿ ਪੂਰੇ ਸ਼ਹਿਰ ਚ ਕਿੰਨੇ ਕਾਂ ਵਾ? ਬਾਦਸ਼ਾਹ ਤੂੰ ਮੈਨੂੰ ਦੋ ਚਾਰ ਦਿਨ ਦੀ ਮੌਲਾ ਦੇ, ਮੈਂ ਤੈਨੂੰ ਗਿਣ ਕੇ ਦੱਸ ਦੂ ਕਿੰਨੇ ਕਾਂ ਨੇ ਪੂਰੇ ਸ਼ਹਿਰ ਚ। ਲੈ ਫੇ ਅੱਛੂ ਬੇਟੇ, ਮੈਨੂੰ ਤੇਰੇ ਜਵਾਬ ਦਾ ਇੰਤਜ਼ਾਰ ਰਹੇਗਾ। ਉਮੀਦ ਆ ਤੂੰ ਬੇਇੱਜ਼ਤੀ ਹੋਏਗਾ। ਭਾਈ ਜਾਨ, ਮੈਂ ਅੱਛੂ ਖਾਣਾ ਮਿਲਣਾ ਏ, ਲੰਘ ਗਿਆ। ਪੁੱਤਰਾ, ਤੈਨੂੰ ਤੰਗ ਕਰਨ ਦੀ ਮਾਫੀ ਚਾਹੁੰਦਾ। ਕੋਈ ਗੱਲ ਨੀ ਚਾਚੇ, ਤੁਸੀਂ ਆਪਣੇ ਬੰਦੇ ਜੇ, ਦੱਸੋ ਕੀ ਗੱਲ ਆ? ਮੇਰਾ ਨਾਮ ਰਾਮ ਪ੍ਰਸਾਦ ਆ, ਮੈਂ ਤੇਰੇ ਲਾਗੇ ਰਹਿਣਾ ਪੁੱਤ। ਆ ਪਿਛਲੀ ਗਲੀ ਚ ਮੇਰੀ ਮਦਦ ਕਰ ਪੁੱਤ, ਮੈਂ ਲੁੱਟਿਆ ਜਾਣਾ ਈ, ਮੈਂ ਤੈਨੂੰ ਦੱਸਦਾ। ਉਹ ਤੂੰ ਘਬਰਾ ਨਾ ਚਾਚਾ, ਮੈਨੂੰ ਅਸਲ ਗੱਲ ਦੱਸ ਕੀ ਆ? ਪੁੱਤ, ਤੈਨੂੰ ਪਤਾ ਮੈਂ ਬੁੱਢਾ ਡੇਰਾ ਬੰਦਾ, ਤੇ ਕਾਕਾ ਮੇਰੇ ਕੋਲ ਜਿੰਨੇ ਪੈਸੇ ਹੁੰਦੇ ਨੇ, ਮੈਂ ਇੱਕ ਦਰਖਤ ਦੇ ਥੱਲੇ ਟੋਇਆ ਕੱਢਿਆ, ਉਹਦੇ ਵਿੱਚ ਨੱਬਦਾ ਰਹਿੰਦਾ। 3 ਮਹੀਨੇ ਪਹਿਲੇ ਮੇਰਾ ਪ੍ਰੋਗਰਾਮ ਬਣਿਆ ਕਿ ਮੈਂ ਕਾਲੀ ਮਾਤਾ ਦੇ ਮੰਦਰੋਂ ਹੋ ਕੇ ਆਵਾਂ। ਮੈਂ ਡਰ ਗਿਆ ਕਿ ਮੇਰੇ ਕੋਈ ਉੱਥੋਂ ਪੈਸੇ ਨਾ ਕੱਢ ਲਵੇ। ਇਹ ਸੋਚ ਕੇ ਮੇਰਾ ਪ੍ਰੋਗਰਾਮ ਬਣਿਆ ਕਿ ਮੈਂ ਆਪਣੇ ਪੈਸੇ ਆਪਣੇ ਯਾਰ ਖੱਤਰੀ ਲਾਲ ਨੂੰ ਅਮਾਨਤ ਦੇ ਤੌਰ 'ਤੇ ਫੜਾਵਾਂ, ਕਿਉਂਕਿ ਉਹ ਮੇਰਾ ਬੜਾ ਚੰਗਾ ਯਾਰ ਸੀ। ਮੈਂ ਕਿਹਾ ਯਾਰ ਨਮਸਤੇ, ਗੱਲ ਇਹ ਆ ਕਿ ਮੇਰਾ ਪ੍ਰੋਗਰਾਮ ਬਣ ਗਿਆ ਕਾਲੀ ਮਾਤਾ ਦੇ ਮੰਦਰ ਜਾਣ ਦਾ, ਤੇ ਮੈਂ ਸੋਚਿਆ ਤੈਨੂੰ ਮਿਲਦਾ ਜਾਵਾਂ। ਇਹ ਤੇ ਤੂੰ ਬਹੁਤ ਚੰਗਾ ਕੀਤਾ, ਕਾਲੀ ਮਾਤਾ ਦੇ ਚਰਨਾਂ 'ਚ ਮੇਰਾ ਪ੍ਰਣਾਮ ਪੇਸ਼ ਕਰੀ। ਮੇਰੇ ਯਾਰਾ, ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ। ਆ ਮੇਰੀ ਜਮ੍ਹਾਂ ਪੂੰਜੀ ਆ, ਇਹਨੂੰ ਸੰਭਾਲ ਲੇਗਾ? ਯਾਰ ਯਾਰਾਂ ਦੇ ਭਰਮ ਰੱਖਦੇ ਨੇ, ਤੂੰ ਆਪਣੀ ਅਮਾਨਤ ਵਾਪਸ ਆ ਕੇ ਲੈ ਲਈ। ਮਿਹਰਬਾਨੀ, ਤੂੰ ਹੀ ਮੇਰਾ ਸਹੀ ਮਿੱਤਰ ਆ, ਹੁਣ ਮੈਨੂੰ ਪੈਸੇ ਦੀ ਚਿੰਤਾ ਕੋਈ ਨਹੀਂ, ਮੈਂ ਚੱਲਦਾ ਵਾਂ। ਪੁੱਤ, ਮੈਂ ਅਗਲੇ ਦਿਨ ਹੀ ਆਪਣਾ ਸੰਦੂਕ ਫੜ ਕੇ ਤੁਰ ਪਿਆ ਹੁਣ। ਉੱਥੇ ਜਾ ਕੇ ਪੁੱਤ ਮੈਂ ਆਪਣੀਆਂ ਸਾਰੀਆਂ ਮੰਤਾਂ ਪੂਰੀਆਂ ਕੀਤੀਆਂ। ਪਰਸੋਂ ਰਾਤੀ ਪੁੱਤਰ ਮੈਂ ਆਪਣੀਆਂ ਮੰਤਾਂ ਪੂਰੀਆਂ ਕਰਕੇ ਵਾਪਸ ਆਇਆ। ਉੱਥੇ ਟਾਈਮ ਬਹੁਤਾ ਹੋ ਗਿਆ ਸੀ, ਮੈਂ ਸੋਚਿਆ ਕਿ ਸਵੇਰੇ ਹੀ ਜਾ ਕੇ ਆਪਣੇ ਮਿੱਤਰ ਕੋਲੋਂ ਆਪਣੀ ਰਕਮ ਵਾਪਸ ਲੈ ਲਊਂਗਾ। ਉਹ ਮੇਰਿਆ ਬੇਲੀਆ, ਕੀ ਹਾਲ ਆ? ਕੱਲ ਰਾਤੀ ਮੈਂ ਵਾਪਸ ਮੁੜਿਆ ਤੇ ਨਾਲੇ ਤੇਰੇ ਵਾਸਤੇ ਕਾਲੀ ਮਾਤਾ ਦਾ ਪ੍ਰਸਾਦ ਲੈ ਕੇ ਆਇਆ। ਠੀਕ ਆ, ਧੰਨਵਾਦ। ਹੁਣ ਤੂੰ ਵੇਖ ਰਿਹਾ ਨਾ, ਮੈਂ ਬਹੁਤ ਮਸਰੂਫ ਹਾਂ। ਹਾਂ ਮੈਂ ਵੇਖ ਰਿਹਾ, ਪਰ ਮੈਂ ਉਹ ਆਪਣੇ ਪੈਸੇ ਲੈਣ ਆਇਆ ਸੀ ਜਿਹੜੇ ਮੈਂ ਸਾਰੀ ਜ਼ਿੰਦਗੀ ਜੋੜੇ। ਪੈਸੇ? ਉਹ ਕਿਹੜੇ ਪੈਸੇ? ਤੇਰਾ ਦਿਮਾਗ ਤਾਂ ਠੀਕ ਆ ਨਾ? ਨਾ, ਏਦਾਂ ਨਾ ਕਹਿ ਮੇਰਾ ਭਰਾ ਮੈਨੂੰ, ਮੈਂ ਸਾਰੀ ਜ਼ਿੰਦਗੀ ਜੋੜੇ ਨੇ ਉਹ ਪੈਸੇ, ਦੇ ਮੇਰੇ ਪੈਸੇ ਵਾਪਸ। ਤੇਰੀ ਜ਼ਰੂਰਤ ਕਿੱਦਾਂ ਹੋਈ? ਮੇਰੇ ਕੋਲ ਪੈਸੇ ਦੀ ਕਮੀ ਆ? ਮੈਂ ਤੇਰੇ ਜਿਹਾ ਕੋਲ ਪੈਸੇ ਮੰਗਾਂਗਾ। ਮੈਂ ਤੇਰੇ ਕੋਲ ਕੋਈ ਪੈਸੇ ਨਹੀਂ ਲੈ, ਦੂਰ ਹੋ ਜਾ ਮੇਰੀ ਨਜ਼ਰਾਂ ਤੋਂ, ਅੱਜ ਤੋਂ ਬਾਅਦ ਮੈਨੂੰ ਸ਼ਕਲ ਨਾ ਵਿਖਾਈ, ਨਿਕਲ ਜਾ ਇੱਥੋਂ। ਤੇ ਮੈਂ ਸਾਰੀ ਰਾਤ ਇਹੋ ਸੋਚਦਾ ਰਿਹਾ ਕਿ ਮੈਨੂੰ ਮੇਰੇ ਪੈਸੇ ਕੌਣ ਦਵਾਊਗਾ, ਕਿੱਦਾਂ ਵਾਪਸ ਮਿਲਣਗੇ। ਉਹ ਤੇ ਮੈਨੂੰ ਤੇਰਾ ਯਾਦ ਆਇਆ, ਬੜਾ ਨਾਂ ਸੁਣਿਆ ਤੇਰਾ, ਤੂੰ ਬਾਦਸ਼ਾਹ ਦਾ ਮੁਲਾਜ਼ਮ ਆ, ਮੈਨੂੰ ਮੇਰੇ ਪੈਸੇ ਲੈ ਕੇ ਵਾਪਸ ਦੇ ਦੇ। ਇਹ ਗੱਲ ਤੇ ਦੱਸ ਚਾਚਾ, ਜਦੋਂ ਤੂੰ ਖੱਤਰੀ ਲਾਲ ਨੂੰ ਪੈਸੇ ਦਿੱਤੇ ਸੀ ਉਹਦਾ ਕੋਈ ਗਵਾਹ ਹੈਗਾ? ਉਹ ਤੇ ਮੈਨੂੰ ਕੀ ਪਤਾ ਸੀ ਉਹਨੇ ਇੰਜ ਕਰਨਾ, ਨਹੀਂ ਤਾਂ ਮੈਂ ਗਵਾਹ ਦੇ ਤੌਰ ਤੇ 400-500 ਬੰਦੇ ਨਾਲ ਲੈ ਜਾਂਦਾ। ਘਬਰਾ ਨਾ ਮੇਰਾ ਚਾਚਾ, ਜੇ ਤੂੰ ਸੱਚ ਬੋਲਦਾ ਪਿਆ ਨਾ ਤੇ ਤੇਰੇ ਪੈਸੇ ਤੈਨੂੰ ਜ਼ਰੂਰ ਮਿਲ ਜਾਣਗੇ। ਤੂੰ ਕੱਲ ਖੱਤਰੀ ਲਾਲ ਨੂੰ ਨਾਲ ਲੈ ਕੇ ਤੇ ਬਾਦਸ਼ਾਹ ਦਰਬਾਰ 'ਚ ਆ ਜਾ। ਲੈ ਜਿਵੇਂ ਪੁੱਤਰ, ਤੇਰੀ ਬੜੀ ਮਿਹਰਬਾਨੀ। ਸਮਾਂ
ਅੱਛਾ ਯਾਰ, ਅੱਜ ਮੈਨੂੰ ਤੇਰੇ ਨਾਲ ਬਹੁਤ ਇੱਕ ਜ਼ਰੂਰੀ ਕੰਮ ਪੈ ਗਿਆ ਵਾ। ਤੇਰੀ ਮਿਹਰਬਾਨੀ ਆ, ਕੋਈ ਚਵਲ ਨਾ ਮਾਰੀ, ਇੱਕ ਬੰਦੇ ਨੂੰ ਇਨਸਾਫ ਦਿਲਵਾਉਣਾ ਵਾ, ਤੂੰ ਕਵੇਂ ਤਾਂ ਬੁਲਾਵਾਂ। ਬੁਲਾ ਲਾ। ਰਾਮ ਪ੍ਰਸਾਦ ਤੇ ਖੱਤਰੀ ਲਾਲ ਨੂੰ ਹਾਜ਼ਰ ਕੀਤਾ ਜਾਏ। ਬਾਹਰ ਜਿਹੜੇ ਵੀ ਖੱਤਰੀ ਖੁਤਰੀ ਆ ਹਾਜ਼ਰ ਹੋਣ। ਬਾਦਸ਼ਾਹ ਦਾ ਗੋਡਾ ਬੁਲੰਦ ਹੋ। ਲੈ ਵੀ ਇਹ ਦੱਸੋ, ਤੁਹਾਡੇ ਦੋਵਾਂ ਚੋਂ ਸ਼ਿਕਾਇਤ ਕਿਸ ਬੰਦੇ ਨੂੰ ਆ? ਹਜ਼ੂਰ, ਮੇਰਾ ਨਾਮ ਰਾਮ ਪ੍ਰਸਾਦ ਹੈ, ਮੈਂ ਗਰੀਬ ਕਿਸਾਨ ਹਾਂ। ਮੈਂ ਕਾਲੀ ਮਾਤਾ ਦੇ ਮੰਦਰ ਜਾਣ ਤੋਂ ਪਹਿਲਾਂ ਆਪਣੇ ਸਾਰੇ ਪੈਸੇ ਖੱਤਰੀ ਲਾਲ ਨੂੰ ਅਮਾਨਤ ਦੇ ਤੌਰ 'ਤੇ ਫੜਾ ਕੇ ਗਿਆ ਸੀ, ਅਤੇ ਹੁਣ ਇਹ ਕਹਿੰਦਾ ਕਿਹੜੇ ਪੈਸੇ ਦੌੜ ਜਾ ਇੱਥੋਂ ਮਾਰਾਂਗਾ। ਉਹ ਮੋਟਿਆ ਇਹ ਬੰਦਾ ਸੱਚ ਬੋਲ ਰਿਹਾ? ਇਹ ਝੂਠ ਬੋਲਦਾ ਸਰਕਾਰ, ਮੈਂ ਇਹਦੇ ਨਾਲ ਚੰਗਾ ਵਰਤਾਓ ਕੀਤਾ, ਇਹ ਮੇਰੀ ਗਲਤੀ ਆ। ਉਹਦੀ ਵਜ੍ਹਾ ਨਾਲ ਇਹ ਮੈਨੂੰ ਆਪਣਾ ਦੋਸਤ ਸਮਝਣ ਲੱਗ ਪਿਆ ਵਾ। ਇਹ ਹੁਣ ਮੇਰੇ ਕੋਲ ਪੈਸੇ ਘੋਟਣਾ ਚਾਹੁੰਦਾ ਵਾ, ਨਾਲੇ ਮੈਨੂੰ ਬਦਨਾਮ ਵੀ ਕਰਨਾ ਚਾਹੁੰਦਾ ਵਾ। ਸਰਕਾਰ, ਮੈਂ ਖਾਂਦਾ ਪੀਂਦਾ ਆਦਮੀ, ਮੇਰਾ ਗਰੀਬਾਂ ਨਾਲ ਕੀ ਕੰਮ? ਅੱਛੂ, ਤੇਰਾ ਕੀ ਖਿਆਲ ਆ, ਹੁਣ ਕੀ ਕਰੀਏ? ਬਾਦਸ਼ਾਹ, ਮੈਨੂੰ ਲੱਗਦਾ ਰਾਮ ਪ੍ਰਸਾਦ ਨੂੰ ਆਪਣੀ ਸੱਚਾਈ ਸਾਬਤ ਕਰਨ ਵਾਸਤੇ ਕੋਈ ਗਵਾਹ ਲਿਆਉਣਾ ਪਊਗਾ ਦਰਬਾਰ 'ਚ। ਓਏ ਪੁੱਤਰਾ, ਉੱਥੇ ਤਾਂ ਹੈ ਹੀ ਕੋਈ ਨਹੀਂ ਸੀ। ਉਹ ਚਾਚਾ, ਉੱਥੇ ਕੋਈ ਤਾਂ ਹੋਊਗਾ ਨਾ, ਕੋਈ ਦਰਖਤ, ਕੋਈ ਚਰਿੰਦ ਪਰਿੰਦ, ਹਵਾ ਪਾਣੀ, ਉਹਨਾਂ ਨੂੰ ਕਹਿ ਆ ਕੇ ਮੇਰੀ ਗਵਾਹੀ ਦੇਣ। ਅਤੇ ਇਸ ਬਾਦਸ਼ਾਹ ਨੇ ਉਂਝ ਮੰਨਣਾ ਮੁੰਨਣਾ ਕੋਈ ਨਹੀਂ, ਮੇਰੀ ਗੱਲ ਯਾਦ ਰੱਖੀ, ਨਾਲ ਜ਼ਰੂਰ ਕਿਸੇ ਨੂੰ ਲੈ ਕੇ ਆਵੀਂ। ਪਰ ਕਿਹਨੂੰ? ਬਸ ਬਸ ਉਹ ਮੇਰੇ ਹਾਣ ਦੇ ਆ ਬਾਬਿਆ, ਚਲਾ ਜਾ ਇੱਥੋਂ, ਕੋਈ ਗਵਾਹ ਲੈ ਕੇ ਆ। ਗਵਾਹ ਲੈ ਕੇ ਆਏਗਾ ਤਾਂ ਮੈਂ ਇਨਸਾਫ ਕਰਾਂਗਾ, ਸਮਝਿਆ? ਤੂੰ ਮੇਰੇ ਪੈਸੇ ਮਰਵਾਏਗਾ ਬਾਦਸ਼ਾਹ। ਅੱਛੂ ਬੇਟੇ, ਉਹ ਕਾਂ ਗਿਣਨੇ ਸੀ, ਤੂੰ ਕੀ ਬਣਿਆ? ਚੰਗਾ ਰਹੇਗਾ, ਹਾਰ ਮੰਨ ਲਾ ਆਪਣੀ, ਮੇਰਾ ਪੁੱਤ। ਬਾਦਸ਼ਾਹ, ਮੇਰੀ ਗਿਣਤੀ ਦੇ ਮੁਤਾਬਕ ਇਸ ਪੂਰੇ ਸ਼ਹਿਰ ਦੇ ਵਿੱਚ 10,591 ਕਾਂ ਨੇ। ਹਾਏ ਉਹ ਬੇਟੇ, ਤੈਨੂੰ ਇੰਨਾ ਪੱਕਾ ਯਕੀਨ ਆ ਕਿ ਇੰਨੇ ਹੀ ਕਾਂ ਵਾ? ਉਹ ਬਾਦਸ਼ਾਹ, ਮੈਨੂੰ ਪੂਰਾ ਯਕੀਨ ਆ, ਤੂੰ ਸ਼ੌਕ ਨਾਲ ਭਾਵਾਂ ਉਹਨਾਂ ਨੂੰ ਗਿਣ ਲੈ, ਤੇ ਜੇ ਗੱਲ ਦੇ ਮੇਰੀ 'ਚ ਫਰਕ ਹੋਇਆ ਤੇ ਫਿਰ ਇਸ ਵਜ੍ਹਾ ਤੋਂ ਹੋਣਾ ਹੀ ਕਿ ਅੱਗੇ ਈਦ ਆ ਰਹੀ ਆ, ਸਾਡੇ ਸ਼ਹਿਰ ਦੇ ਹੋ ਸਕਦਾ ਕੁਛ ਕਾਂ ਨਾਲ ਦੇ ਸ਼ਹਿਰ 'ਚ ਸ਼ੋਪਿੰਗ ਕਰਨ ਗਏ ਹੋਣ, ਤੇ ਨਾਲ ਦੇ ਸ਼ਹਿਰ ਦੇ ਕੁਛ ਕਾਂ ਆਪਣੀਆਂ ਸ਼ਰਟਾਂ ਲੈਣ ਸਾਡੇ ਸ਼ਹਿਰ 'ਚ ਆਏ ਹੋਣ, ਇੱਦਾਂ ਮੇਰੀ ਗਿਣਤੀ ਦੇ ਵਿੱਚ ਫਰਕ ਆ ਸਕਦਾ। ਬਸ ਸ਼ਾਬਾਸ਼ ਬਈ। ਅੱਛੂ ਬੇਟੇ, ਉਹ ਮੈਨੂੰ ਇਹ ਦੱਸ, ਤੇਰੇ ਕੋਲ ਸਾਰੇ ਸ਼ਹਿਰ ਦੇ ਕਾਵਾਂ ਦੇ ਸ਼ਨਾਤੀ ਕਾਰਡ ਨੇ ਜਿਹੜੇ ਤੂੰ ਗਿਣ ਲੈਣ? ਉਹ ਬਾਦਸ਼ਾਹ, ਤੇਰਾ ਵੀ ਮੇਰੇ ਕੋਲ ਹੀ ਆ। ਉੱਤੋਂ ਤੂੰ ਉਸ ਵਿਚਾਰੇ ਗਰੀਬ ਬੰਦੇ ਨੂੰ ਜਾਨ ਚੜਾਉਣ ਵਾਸਤੇ ਮੇਰੇ ਗਲੇ ਫੇਰ ਪਾ ਤਾ, ਹੁਣ ਪਤਾ ਨਹੀਂ ਇਹਨੂੰ ਵਿਚਾਰੇ ਨੂੰ ਕੋਈ ਗਵਾਹੀ ਲੱਭਦੀ ਵੀ ਆ ਕਿ ਨਹੀਂ ਲੱਭਦੀ, ਕਾਹਦੇ ਲਈ ਉਹਨੇ ਇੰਨੀ ਦੇਰ ਲਾਤੀ? ਮੈਨੂੰ ਲੱਗਦਾ ਮੇਰੇ ਵਿਹੜੇ ਜਿਹੜਾ ਤਰੇਕ ਦਾ ਦਰਖਤ ਲੱਗਾ ਉਹਨੂੰ ਮਨਾਉਂਦਾ ਹੋਣਾ, ਤੇ ਉਹ ਕਹਿੰਦਾ ਹੋਣਾ ਕਿ ਮੈਂ ਗਵਾਹੀ ਨਹੀਂ ਦੇਣੀ। ਬਾਦਸ਼ਾਹ, ਇਸ ਬੰਦੇ ਨੂੰ ਫੜ ਕੇ ਦੀਆਂ ਨਾਸਾਂ ਪੜਵਾ ਦੇ, ਬੰਦਾ ਤੇਰੇ ਤੇ ਗਿਆ ਈ, ਇਹਨੂੰ ਕਿੱਦਾਂ ਪਤਾ ਲੱਗਾ ਕਿ ਉਹ ਤਰੇਕ ਦਾ ਦਰਖਤ ਲੈ ਕੇ ਦਰਬਾਰ 'ਚ ਪੇਸ਼ ਕਰੇਗਾ? ਇਹਦਾ ਮਤਲਬ ਕਿ ਇਹਨੇ ਰਾਮ ਪ੍ਰਸਾਦ ਕੋਲ ਦਰਖਤ ਦੇ ਕੋਲ ਪੈਸੇ ਲਏ ਸੀ। ਉਹ ਮੋਟਿਆ ਸੰਡਿਆ, ਉਹ ਸੂਰਾ ਹਰਾਮ ਖਾ ਖਾ ਕੇ ਕਿੱਡਾ ਫਿੱਟਿਆ ਤੂੰ, ਉਹ ਤੈਨੂੰ ਸ਼ਰਮ ਨਾ ਆਈ ਹੈ ਕਿ ਗਰੀਬ ਆਦਮੀ ਦੇ ਪੈਸੇ ਖਾਂਦੇ ਆ? ਸਿਪਾਹੀ, ਉਹ ਫੜ ਲਓ ਇਹਨੂੰ। ਲੈ ਚਾਚਾ, ਘਬਰਾਈ ਨਾ, ਤੈਨੂੰ ਤੇਰੇ ਪੈਸੇ ਜਲਦੀ ਮਿਲ ਜਾਣਗੇ। ਅੱਛੂ ਬੇਟੇ, ਫੇਰ ਮਾਰ ਖਾ ਗਿਆ ਤੂੰ, ਮੈਨੂੰ ਤਾਂ ਪਤਾ ਉਦੋਂ ਹੀ ਲੱਗ ਗਿਆ ਸੀ ਜਦੋਂ ਤੂੰ ਉਹਨੂੰ ਕਿਹਾ ਦਰਖਤ ਦੀ ਗਵਾਹੀ ਲੈ ਕੇ ਆ। ਫੈਸਲਾ ਤੇ ਮੈਂ ਉਦੋਂ ਹੀ ਕਰਨ ਲੱਗਾ ਸੀ, ਪਰ ਮੈਂ ਕਿਹਾ ਅੱਛੂ ਪੁੱਤਰ ਥੋੜਾ ਜਿਹਾ ਹੋਰ ਖਾਪ ਲਵੇ, ਸ਼ੂਗਲ ਹੀ ਸਹੀ। ਲੈ ਵੀ, ਤੈਨੂੰ ਵੀ ਨਾ ਜੀਜੀ ਸਟੂਡੀਓ ਵਾਲੇ ਨੇ ਸਹੀ ਬਾਦਸ਼ਾਹ ਬਣਾਇਆ। ਮੁਲਤਾਨ ਸ਼ਹਿਰ 'ਚ ਦੋ ਬੰਦੇ ਬਹੁਤ ਮਸ਼ਹੂਰ ਹੁੰਦੇ ਸੀ। ਇੱਕ ਦਾ ਨਾਮ ਸੀ ਰਾਜ ਮਹਿੰਦਰ, ਜਿਹੜਾ ਗਰੀਬ ਬੰਦਿਆਂ ਦੀ ਬੜੀ ਮਦਦ ਕਰਦਾ ਸੀ ਅਤੇ ਮਜ਼ਬੂਰਾਂ ਨੂੰ ਬੜੇ ਘੱਟ ਸੂਦ 'ਤੇ ਕਰਜ਼ਾ ਦਿੰਦਾ ਸੀ ਅਤੇ ਕਿਸੇ ਵੀ ਮਕਰੂਜ਼ ਨੂੰ ਬਿਲਾ ਵਜ੍ਹਾ ਤੰਗ ਨਹੀਂ ਸੀ ਕਰਦਾ। ਘਰ ਆਏ ਸਾਹਿਲ ਨੂੰ ਕਦੀ ਵੀ ਖਾਲੀ ਹੱਥ ਨਹੀਂ ਸੀ ਜਾਣ ਦਿੰਦਾ। ਅਤੇ ਦੂਸਰਾ ਉਹ ਅਮੀਰ ਆਦਮੀ ਸੀ ਜਿਹਦਾ ਨਾਮ ਖੱਤਰੀ ਰਾਮ ਸੀ। ਖੱਤਰੀ ਰਾਮ ਬਹੁਤ ਲਾਲਚੀ ਆਦਮੀ ਸੀ ਜਿਹੜਾ ਹਰ ਵੇਲੇ ਹੇਰਾ ਫੇਰੀ ਦੇ ਚੱਕਰਾਂ 'ਚ ਰਹਿੰਦਾ ਸੀ। ਉਹ ਮਜ਼ਬੂਰਾਂ ਨੂੰ ਬਹੁਤ ਜ਼ਿਆਦਾ ਸੂਦ 'ਤੇ ਕਰਜ਼ੇ ਦਿੰਦਾ ਸੀ, ਜਿਹਦੀ ਵਜ੍ਹਾ ਤੋਂ ਗਰੀਬਾਂ ਦੀ ਸਾਰੀ ਉਮਰ ਕਰਜ਼ੇ ਲਾਉਣ 'ਤੇ ਲੰਘ ਜਾਂਦੀ ਸੀ। ਅਤੇ ਇੱਕ ਦਿਨ
ਮੈਂ ਕਿਹਾ ਨਮਸਤੇ। ਨਮਸਤੇ, ਓ ਆ ਬਈ ਆਕਾਸ਼, ਕੀ ਹਾਲ ਆ ਤੇਰਾ? ਓ ਤੈਨੂੰ ਵੇਖ ਕੇ ਬੜੀ ਖੁਸ਼ੀ ਹੋਈ ਆ, ਆ ਜਾ ਬਹਿ ਜਾ। ਯਾਰ ਮਹਿੰਦਰ, ਮੈਂ ਇੱਕ ਨਵਾਂ ਕੰਮ ਸ਼ੁਰੂ ਕੀਤਾ, ਉਹਦੇ ਵਾਸਤੇ ਮੈਨੂੰ 500 ਰੁਪਏ ਦੀ ਬਹੁਤ ਜ਼ਰੂਰਤ ਆ। ਇਹ ਮੈਨੂੰ ਅੱਜ ਹੀ ਚਾਹੀਦੇ ਨੇ ਤੇ 6 ਮਹੀਨਿਆਂ ਦੇ ਵਿੱਚ ਮੈਂ ਤੈਨੂੰ ਵਾਪਸ ਕਰ ਦੂੰਗਾ। ਓ ਕਾਸ਼ ਮਿੱਤਰਾ, ਤੂੰ ਮੇਰੇ ਕੋਲ ਕੱਲ ਆਇਆ ਹੁੰਦਾ। ਜੇ ਤਾਂ ਤੂੰ ਰੁਕ ਸਕਦਾ ਸ਼ਾਮ ਤੱਕ, ਮੈਨੂੰ ਕੁਛ ਲੋਕਾਂ ਨੇ ਪੈਸੇ ਮੋੜਨ ਆਉਣੇ ਨੇ, ਉਹ ਮੈਂ ਤੈਨੂੰ ਦੇ ਦਾਂਗਾ। ਠੀਕ ਹੈ ਯਾਰ, ਮੈਂ ਰੁਕ ਜਾਣਾ ਵਾਂ, ਪਰ ਪੈਸੇ ਮੈਨੂੰ ਅੱਜ ਹੀ ਚਾਹੀਦੇ ਨੇ। ਆਕਾਸ਼ ਮੈਨੂੰ ਤੂੰ ਇਹ ਦੱਸ, 300 ਰੁਪਏ ਨਾਲ ਤੇਰਾ ਸਰ ਜਾਊ? ਮੈਂ 300 ਦਾ ਯਾਰ ਕਰ ਸਕਿਆ ਬੰਦੋਬਸਤ। ਉਹ ਬਾਕੀ 200 ਰੁਪਈਆ ਫਿਕਰ ਨਾ ਕਰ, ਮੈਂ ਤੈਨੂੰ ਅਗਲੇ ਹਫ਼ਤੇ ਦੇ ਦਊਂਗਾ। ਯਾਰ ਮਹਿੰਦਰ, ਇਹ ਪੈਸੇ ਮੈਨੂੰ ਅੱਜ ਸ਼ਾਮ ਤੱਕ ਬਹੁਤ ਜ਼ਰੂਰੀ ਚਾਹੀਦੇ ਨੇ। ਮੈਂ ਸਵੇਰੇ ਸ਼ੇਖੂਪੁਰੇ ਮਾਲ ਲੈਣ ਜਾਣਾ, ਮੇਰਾ ਸਾਰਾ ਕਾਰੋਬਾਰ ਦਾਤ ਲੱਗਾ, ਮੈਂ ਤਾਂ ਬਰਬਾਦ ਹੋ ਜਾਵਾਂਗਾ। ਉਹ ਠਹਿਰ ਜਾ ਮਿੱਤਰਾ, ਮੈਨੂੰ ਕੁਝ ਸੋਚ ਲੈਂਦੇ। ਹਾਂ, ਮੇਰੇ ਦਿਮਾਗ 'ਚ ਇੱਕ ਸਕੀਮ ਆਈ ਆ। ਆ ਨਾਲ ਦੇ ਮਹੱਲੇ ਰਹਿੰਦਾ ਨਾ ਖੱਤਰੀ ਰਾਮ, ਜਿਹੜਾ ਲੋਕਾਂ ਨੂੰ ਕਰਜ਼ੇ ਦਿੰਦਾ, ਮੈਂ ਤੇਰੀ ਖਾਤਰ 200 ਰੁਪਈਆ ਉਹ ਕੋ ਮੰਗ ਲੈਂਦਾ। ਮਿਹਰਬਾਨੀ। ਉਹ ਲੈ ਬਈ ਖੱਤਰੀ ਰਾਮ, ਮੈਂ ਤੇ ਕੋਈ ਕਰਜ਼ ਲੈ ਕੇ ਆਇਆ, ਹੈਗਾ ਤੇ ਤੂੰ ਖੱਤਰੀ ਜਿਹਾ ਬੰਦਾ, ਨਾ ਦਿਲ ਕਰਦਾ ਤੇਰੇ ਕੋਲ ਕੁਛ ਮੰਗਣ ਨੂੰ ਨਾ ਦੱਸਣ ਨੂੰ। ਮੈਂ ਆਪਣੇ ਯਾਰ ਦੀ ਖਾਤਰ ਤੇਰੇ ਕੋਲ 200 ਰੁਪਈਆ ਉਧਾਰ ਲੈਣ ਆਇਆ, 6 ਮਹੀਨੇ ਬਾਅਦ ਮੈਂ ਤੈਨੂੰ ਵਾਪਸ ਦੇ ਦਿਆਂਗਾ। ਉਹ ਦੇਂਗਾ? ਆਹੋ, ਅੱਜ ਤੂੰ ਕਰਜ਼ਾ ਲੈਣ ਦੇ ਕਾਰਨ ਮੇਰੇ ਘਰ ਵਿੱਚ ਆ ਹੀ ਗਿਆ ਨਾ, ਮੈਂ ਤੇਰੀ ਮਦਦ ਜ਼ਰੂਰ ਕਰਾਂਗਾ, ਪਰ ਮੈਂ 200 ਰੁਪਈਏ ਦੇ ਉੱਤੇ 100 ਰੁਪਈਏ ਦਾ ਸੂਦ ਲਵਾਂਗਾ। ਮੇਰੀ ਇੱਕ ਸ਼ਰਤ ਹੋਰ ਵੀ ਹੋ ਕਿ ਜੇ ਤੂੰ ਮੇਰਾ ਕਰਜ਼ਾ 6 ਮਹੀਨੇ 'ਚ ਵਾਪਸ ਨਾ ਕਰ ਸਕਿਆ ਤੇ ਫੇਰ ਤੈਨੂੰ ਆਪਣਾ ਖੱਬਾ ਗੋਡਾ ਲਾ ਕੇ ਮੈਨੂੰ ਦੇਣਾ ਹੋਏਗਾ, ਮੈਂ ਆਪਣੀ ਮੰਜੀ ਨੂੰ ਪਾਵਾ ਲਵਾਉਣਾ। ਉਹ ਭਗਵਾਨ ਤੈਨੂੰ ਸੰਸਾਰ ਕਰੇ, ਉਹ ਖੱਤਰੀ, ਉਹ ਗੋਡੇ ਦਾ ਪਾਵਾ, ਉਹ ਤੈਨੂੰ ਚੁੱਕੇ ਬਾਬਾ ਗੁਰੂ ਨਾਨਕ, ਉਹ ਤੇਰੇ ਇਹ ਵਿਚਾਰ ਆ। ਉਹ ਮੇਰੇ ਕੋਲ ਇੱਕ ਜ਼ਰੂਰਤਮੰਦ ਬੰਦਾ ਆਇਆ ਵਾ, ਉਹ ਮੈਨੂੰ ਪਤਾ 6 ਮਹੀਨਿਆਂ 'ਚ ਉਹਨੇ ਕਰਜ਼ਾ ਵਾਪਸ ਕਰ ਦੇਣਾ। ਉਹ ਤੇਰੀ ਚਿਤਾ ਨੂੰ ਖਾਵੇ ਚੀਤਾ। ਠੀਕ ਆ, ਮੈਨੂੰ ਤੇਰੀ ਸ਼ਰਤ ਕਬੂਲ ਆ, ਲਿਆ 200 ਰੁਪਈਆ। ਐ ਲੈ ਫੜ ਪੂਰਾ 200, ਪਰ ਮੇਰੀ ਗੱਲ ਯਾਦ ਰੱਖੀ, ਇਹ ਕਰਜ਼ਾ ਮੈਨੂੰ 6 ਮਹੀਨੇ 'ਚ ਵਾਪਸ ਚਾਹੀਦਾ, ਨਹੀਂ ਤੇ ਮੈਂ ਉਸ ਮੰਜੀ ਤੇ ਸੌਣਾ ਹੀ ਜਿਹਦੇ ਇੱਕ ਪਾਵੇ ਤੇ ਲਿਖਿਆ ਹੋਏਗਾ ਰਾਜ ਮਹਿੰਦਰ ਇੰਡਸਟਰੀ। ਲੈ ਫੜ, ਤੇਰੇ ਪੈਸਿਆਂ ਵਾਸਤੇ ਉਹ ਸ਼ੈ ਗਿਰਵੀ ਰਖਾਈ ਆ, ਜਿਹ ਤੋਂ ਬਗੈਰ ਬੰਦਾ ਸਾਈਕਲ ਨਹੀਂ ਚਲਾ ਸਕਦਾ ਤੇ ਨਾ ਹੀ ਬੰਦਾ ਦੌੜ ਕੇ ਗੁੱਡੀ ਫੜ ਸਕਦਾ ਜੀ, ਤੇ ਮੇਰੀ ਉਹ ਖੱਬੀ ਲੱਤ ਦਾ ਗੋਡਾ ਹੁਣ ਤੇਰੇ ਹੱਥ ਵਿੱਚ ਹੀ। ਹੇ ਭਗਵਾਨ, ਰਾਮ ਰਾਮ ਸੱਚ ਹੈ, ਏਡਾ ਜ਼ਾਲਮ ਬੰਦਾ ਉਹ, ਤੂੰ ਚਿੰਤਾ ਨਾ ਕਰ, ਮੈਂ 6 ਮਹੀਨੇ ਦੇ ਵਿੱਚ ਤੇਰੇ ਪੈਸੇ ਵਾਪਸ ਕਰ ਦੂੰਗਾ। ਤੇਰੀ ਬੜੀ ਮਿਹਰਬਾਨੀ, ਤੂੰ ਮੇਰੀ ਖਾਤਰ ਆਪਣਾ ਗੋਡਾ ਦਾਤ ਲਾਤਾ, ਮੈਂ ਹੁਣ ਤੇਰੇ ਗੋਡੇ ਦਾ ਭਰਮ ਰੱਖਾਂਗਾ। ਚੱਲਦਾ ਹੁਣ ਮੈਂ। ਰਾਜ ਮਹਿੰਦਰ, ਤੇਰੇ 6 ਮਹੀਨੇ ਪੂਰੇ ਹੋ ਗਏ, ਲਿਆ ਗੋਡਾ ਮੈਨੂੰ ਦੇ ਦੇ। ਉਹ ਖੱਤਰੀ ਰਾਮ, ਤੂੰ ਉਹ ਬਈ, ਗੱਲ ਇਹ ਆ ਕਿ ਉਹ ਮੇਰਾ ਦੋਸਤ ਪੈਸੇ ਲੈ ਕੇ ਹੱਲੇ ਨਹੀਂ ਆਇਆ ਯਾਰ, ਤੇ ਮੈਨੂੰ ਉਮੀਦ ਆ ਸ਼ਾਮ ਤੱਕ ਉਹ ਪੈਸੇ ਲੈ ਕੇ ਮੇਰੇ ਤੱਕ ਪਹੁੰਚ ਜਾਏਗਾ। ਤੂੰ ਫਿਕਰ ਨਾ ਕਰ, ਮੈਂ ਸਵੇਰ ਚੜ੍ਹਨ ਤੋਂ ਪਹਿਲੇ ਤੈਨੂੰ ਪੈਸੇ ਪਹੁੰਚਾ ਦਿਆਂਗਾ। ਠੀਕ ਆ, ਦੇਖੋ ਅੱਜ ਰਾਤ ਦਾ ਵਕਤ ਹੈਗਾ, ਸਵੇਰ ਚੜ੍ਹਨ ਤੋਂ ਪਹਿਲੇ ਮੇਰੇ ਪੈਸੇ ਮਿਲਣੇ ਚਾਹੀਦੇ ਆ। ਹੁਣ ਬਹਿ ਕੇ ਤੂੰ ਉਹਨੂੰ ਡੀਕ ਤੇ ਮੈਂ ਜਾ ਕੇ ਕਿਸੇ ਪਾਵਿਆਂ ਵਾਲੇ ਤਰਖਾਣ ਦਾ ਬੰਦੋਬਸਤ ਕਰਾਂ। ਉਹ ਤੂੰ ਉੱਥੋਂ ਲੱਕੜ ਮੰਡੀਓਂ ਲੈ ਲਾ ਹਾਂ ਜਾ ਕੇ ਕੋਈ ਪਾਵਾ, ਤੂੰ ਮੇਰੇ ਗੋਡੇ ਤੇ ਅੱਖ ਰੱਖੀ ਓ ਕਦਰੀ। ਮਹਿੰਦਰ ਬਾਰਾ। ਉਹ ਯਾਰ ਖੱਤਰੀ ਰਾਮ, ਮੈਂ ਤੇ ਤੇਰੇ ਲਾਭ ਹੀ ਆਉਣ ਲੱਗਾ ਸੀ। ਉਹ ਮੇਰਾ ਦੋਸਤ ਹੱਲੇ ਪੈਸੇ ਲੈ ਕੇ ਨਹੀਂ ਆਇਆ, ਉਮੀਦ ਆ ਦੋ ਤਿੰਨਾਂ ਦਿਨਾਂ 'ਚ ਆ ਜਾਊ। ਉਹ ਉਹਨੂੰ ਕੋਈ ਮਸਲਾ ਬਣ ਗਿਆ ਹੋਣਾ ਯਾਰ, ਤੈਨੂੰ ਮੰਜੀ ਦੀ ਲੋੜ ਆ ਤੇ ਯਾਰ ਮੇਰੇ ਘਰੋਂ ਹੀ ਲੈ ਜਾਈ, ਜਿੰਨੇ ਦਿਨ ਬੰਦਾ ਨਹੀਂ ਆਉਂਦਾ ਯਾਰ ਮੈਂ ਥੱਲੇ ਹੀ ਸੌਂ। ਨਹੀਂ ਓਏ, ਮੈਂ ਤੈਨੂੰ ਹੋਰ ਮੋਹਲਤ ਨਹੀਂ ਓ ਦੇਣੀ, ਜਾਂ ਤੇ ਤੂੰ ਹੁਣ ਮੇਰੇ ਪੈਸੇ ਦੇ ਦੇ ਤੇ ਜਾਂ ਫਿਰ ਤੂੰ ਤਿਆਰ ਹੋ ਜਾ ਸ਼ਰਤ ਦੇ ਮੁਤਾਬਕ ਮੈਨੂੰ ਗੋਡਾ ਦੇਣ ਲਈ। ਉਹ ਬਾਬਿਆਂ ਦਾ ਕੁਛ ਤੇ ਖੌਫ ਕਰ ਰਹੀ ਯਾਰ, ਉਹ ਤੂੰ ਮੈਨੂੰ ਸ਼ਮਾ ਕਰ ਦੇ, ਬਾਬਾ ਤੈਨੂੰ ਸ਼ਮਾ ਕਰੂਗਾ ਤੇ ਮੈਂ ਤੈਨੂੰ ਅਗਰਬੱਤੀ ਕਰ ਦਊ, ਸੌਗੰਧ ਲੈ ਲਾ ਭਾਵੇਂ। ਉਹ ਤੇਰੇ ਪੈਸਿਆਂ ਦੀ ਚਿੰਤਾ ਕਰ ਕਰ ਮੇਰਾ ਮੂੰਹ ਚਿਮਟੇ ਵਰਗਾ ਹੋ ਗਿਆ। ਬਕਵਾਸ ਬੰਦ ਕਰ ਓਏ, ਗੋਡਾ ਉਰੇ ਕਰ, ਮੈਂ ਮੰਜੀ ਬਣਾਉਣ ਦਾ ਬੈਠਾ। ਇਹ ਕੀ ਹੋ ਰਿਹਾ ਵੀ ਇੱਥੇ, ਇਹ ਕਾਹਦਾ ਡਰਾਮਾ ਲਾਇਆ ਤੁਸੀਂ? ਚੱਲ ਓਏ ਨਿਕਲ ਇੱਥੋਂ, ਸਾਲਾ ਬਾਦਸ਼ਾਹ ਦਾ ਵਿਹਲਾ ਹੀ ਫਿਰਦਾ ਰਹਿੰਦਾ ਘੋੜੇ ਤੇ। ਇਸ ਬੰਦੇ ਨੇ ਪੈਸੇ ਦੇਣੇ ਮੇਰੇ ਤੇ ਇਹਨੇ ਵਾਅਦਾ ਕੀਤਾ ਸੀ ਜੇ ਮੈਂ ਪੈਸੇ ਨਾ ਦਿੱਤੇ ਤੇ ਤੈਨੂੰ ਆਪਣਾ ਖੱਬਾ ਗੋਡਾ ਦਊਂਗਾ ਤੇ ਮੈਂ ਗੋਡਾ ਲੈ ਕੇ ਜਾਣਾ, ਤੂੰ ਨਿਕਲਣੀ ਤੇ ਤੇਰਾ ਲੈ ਲੈਣਾ ਹੀ।
ਕਿਉਂ ਵੀ ਜਵਾਨਾ ਤੂੰ ਇਹਨੂੰ ਗੋਡਾ ਦੇਣਾ? ਓਏ ਆਹੋ ਭਾਜੀ ਮੈਂ ਇਹਦੇ ਪੈਸੇ ਦੇਣੇ ਆ, ਮੈਂ ਇੰਨਾ ਵਾਅਦਾ ਕੀਤਾ ਸੀ ਕਿ ਜੇ ਮੈਂ ਤੈਨੂੰ ਪੈਸੇ ਨਾ ਦੇ ਸਕਿਆ ਤੇ ਫਿਰ ਮੇਰਾ ਗੋਡਾ ਲੈ ਲਈ ਭਾਈ, ਇਹ ਪੱਕਾ ਹੀ ਹੋ ਗਿਆ ਭਾਜੀ। ਉਹ ਮੈਨੂੰ ਥੋੜਾ ਇੰਨਾ ਟਾਈਮ ਚਾਹੀਦਾ ਭਾਜੀ, ਮੈਂ ਦੇ ਦੂੰ। ਓਏ ਹੁਣ ਤੂੰ ਮੰਨਦਾ ਕਿ ਤੈਨੂੰ ਮੈਂ ਨਾਲ ਲੈ ਜਾ ਆਪਣੇ? ਦੇ ਦੇ ਮਰੇ ਉਸ ਬੰਦੇ ਨੂੰ ਥੋੜਾ ਜਿਹਾ ਟਾਈਮ। ਗੱਲ ਸੁਣੋ ਮੇਰੀ, ਤੂੰ ਗਿਜਿਆ ਹੋਏਗਾ ਬਾਦਸ਼ਾਹ ਦਾ, ਮੈਂ ਤੈਨੂੰ ਇੱਥੇ ਬੰਨ ਲੈਣਾ ਤੇ ਤੇਰੇ ਪੂਰੇ ਪਰਿਵਾਰ 'ਚ ਹਿੰਮਤ ਹੈ ਨੀ ਤੈਨੂੰ ਛਡਾਉਣ ਦੀ, ਮੈਂ ਨੀ ਟਾਈਮ ਦੇਣਾ। ਜਨਾਬ ਇਹ ਬਕਵਾਸ ਕਰਦਾ, ਇਹ ਬੜਾ ਜ਼ਾਲਮ ਆ, ਰਾਜ ਮਹਿੰਦਰ ਤੇ ਬੜਾ ਨਾਈਸ ਬੰਦਾ ਵਾ। ਆ ਬੁੱਕੀ ਦੇਖਦਾ ਖੱਤਰੀ, ਤੁਸੀਂ ਦੋਵੇਂ ਮੇਰੇ ਨਾਲ ਬਾਦਸ਼ਾਹ ਕੋਲ ਚੱਲੋ, ਕੱਲ ਦਿਨ ਚੜ੍ਹਦੇ ਹੀ ਬਾਦਸ਼ਾਹ ਤੁਹਾਡੇ ਦੋਵਾਂ ਦਾ ਫੈਸਲਾ ਕਰੇਗਾ। ਇਸ ਲਈ ਸਰਕਾਰ ਮੈਂ ਤੁਹਾਡੀ ਖਿਦਮਤ ਚ ਲੈ ਆ। ਅੱਛੂ ਬੇਟੇ ਆ ਜਾ ਪੁੱਤ, ਹੁਣ ਤੇਰੀ ਲੋੜ ਪੈ ਗਈ ਆ, ਉੱਠਿਆ ਰਹੋ ਭੈਣ ਬਾਦਸ਼ਾਹ। ਬਾਦਸ਼ਾਹ ਤੋਂ ਗੋਡਾ ਬੁਲੰਦ ਹੋ, ਮੈਂ ਉਹ ਕਰੈਕਟਰ ਹਾਂ ਜਿਹਦੀ ਵਜ੍ਹਾ ਤੋਂ ਇਹ ਸਾਰਾ ਰੌਲਾ ਪਿਆ। ਮੈਂ ਹੀ ਮਹਿੰਦਰ ਕੋਲ 500 ਉਧਾਰਾ ਲਿਆ ਸੀ ਤੇ ਮੇਰੀ ਖਾਤਰ ਹੀ ਉਹਨੇ ਖੱਤਰੀ ਕੋਲੋਂ 200 ਰੁਪਇਆ ਉਧਾਰਾ ਲਿਆ, ਮੈਂ ਇੱਕ ਦਿਨ ਲੇਟ ਹੋ ਗਿਆ। ਓਏ ਖੱਤਰੀ ਮਤਰੀ, ਤੇਰੇ ਪੈਸੇ ਹੁਣ ਤੈਨੂੰ ਮਿਲ ਗਏ ਨੇ ਤੇ ਤੂੰ ਹੁਣ ਰਾਜ ਮਹਿੰਦਰ ਦੀ ਜਾਨ ਛੱਡ ਦੇ। ਮੈਨੂੰ ਨੀ ਕਬੂਲ, ਨਾ ਮੈਨੂੰ ਪੈਸੇ ਚਾਹੀਦੇ ਹੁਣ, ਤੇ ਮੈਂ ਲੈ ਕੇ ਆਇਆ ਜੇ ਉਹ ਸਟਾਮ ਪੇਪਰ ਜਿੱਤੇ ਨੇ ਲਿਖਿਆ ਹੋਇਆ ਕਿ ਠੀਕ ਆ ਜੇ ਮੈਂ ਪੈਸੇ ਨਾ ਦੇ ਸਕਿਆ ਤੇ ਆਪਣੀ ਖੱਬੀ ਲੱਤ ਦਾ ਗੋਡਾ ਦੇਵਾਂਗਾ। ਓਏ ਖੱਤਰੀ ਮੈਂ ਤੈਨੂੰ ਇੱਥੇ ਲੰਮਿਆਂ ਪਾ ਲੈਣਾ ਤੇ ਮੈਂ ਤੇਰੇ ਗੋਡੇ ਲਵਾ ਕੇ ਆਪਣੇ ਤਖਤ ਦੇ ਥੱਲੇ ਲਵਾ ਲੈਣਾ। ਓਏ ਉਹ ਜਾਣਦੇ ਬਾਦਸ਼ਾਹ ਕਿੱਡਾ ਜ਼ਾਲਮ ਬਣਨਿਆ ਤੂੰ, ਤੈਨੂੰ ਪਤਾ ਕਿੰਨੀ ਪੀੜ ਹੁੰਦੀ ਆ। ਰਾਮ ਰਾਮ, ਇੱਕ ਸ਼ਰਤ ਤੇ ਮੈਂ ਇਹਨੂੰ ਛੱਡ ਸਕਦਾ ਵਾਂ, ਇਹ ਅੱਜ ਹੀ ਆਪਣਾ ਕਾਰੋਬਾਰ ਬੰਦ ਕਰਕੇ ਤੇ ਇਹ ਸ਼ਹਿਰ ਛੱਡ ਕੇ ਚਲਾ ਜਾਵੇ। ਇਹ ਬਾਦਸ਼ਾਹ, ਇਹ ਨਹੀਂ ਹੋ ਸਕਦਾ ਸਰਕਾਰ, ਇਹ ਸ਼ਹਿਰ ਮੇਰੀ ਜਨਮ ਭੂਮੀ ਆ, ਉਹ ਮੇਰਾ ਸਾਰਾ ਪਰਿਵਾਰ ਇੱਥੇ। ਮਹਿੰਦਰ ਇਹ ਸਾਰਾ ਕੁਝ ਮੇਰੀ ਵਜ੍ਹਾ ਤੋਂ ਹੋਇਆ ਯਾਰ, ਜੇ ਤੂੰ ਕਵੇਂ ਤੇ ਤੇਰੇ ਗੋਡੇ ਦੇ ਬਦਲੇ ਮੈਂ ਆਪਣਾ ਗੋਡਾ ਦੇ ਦਾਂ। ਖੈਰ ਉਹ ਸੋਖਿਓ, ਕਿੱਡਾ ਸ਼ੌਕ ਹੈ ਤੁਹਾਨੂੰ ਇੱਕ ਦੂਜੇ ਦੀ ਖਾਤਰ ਗੋਡੇ ਲਵਾਉਣ ਦਾ, ਆ ਕਿਸੇ ਕੁੱਤੇ ਦੇ ਪੁੱਤਰਾ ਮੈਂ ਤੇਰੇ ਕੰਨ ਫੜਾ ਕੇ ਉੱਤੇ ਇੱਟਾਂ ਰਖਾ ਦੂੰ। ਠੀਕ ਆ, ਤੂੰ ਬਾਦਸ਼ਾਹ ਭਾਈ, ਤੂੰ ਰਖਾ ਸਕਦਾ ਕੰਨ ਫੜਾ ਕੇ ਉੱਤੇ ਇੱਟਾਂ, ਮੈਂ ਚੱਲ ਜਾਂਦਾ। ਲੇਕਿਨ ਇਹਦਾ ਮਤਲਬ ਇਹ ਹੋਇਆ ਕਿ ਕਾਰੋਬਾਰ ਦੇ ਵਿੱਚ ਕੀਤੇ ਵਾਅਦੇ ਦੀ ਕੋਈ ਅਹਿਮੀਅਤ ਨਹੀਂ ਹੁੰਦੀ, ਨਾ ਇੱਥੇ ਇਨਸਾਫ ਹੁੰਦਾ। ਇਨਸਾਫ? ਖੱਤਰੀ ਰਾਮ ਗੱਲ ਸੁਣ ਮੇਰੀ, ਜੇ ਤੂੰ ਕਰਦਾ ਨਾ ਇਨਸਾਫ ਦੀ ਗੱਲ ਤੇ ਲਾ ਲਾ ਫਿਰ ਇਹਦਾ ਗੋਡਾ, ਲਿਆ ਕਾਕਾ ਇਹਨੂੰ ਤਲਵਾਰ ਦੇ। ਲੈ ਉਹ ਜ਼ਾਲਮਾ। ਖੈਰ ਜਾ ਮਰੇ ਤੂੰ, ਗੋਡਾ ਤੇ ਤੂੰ ਇਹਦਾ ਲਾਉਣ ਲੱਗਾ, ਪਰ ਇੱਕ ਗੱਲ ਯਾਦ ਰੱਖੀ, ਜੇ ਗੋਡਾ ਲਾਉਂਦੇ ਇਹਦਾ ਖੂਨ ਨਿਕਲਿਆ ਨਾ ਤੇ ਖੂਨ ਦੇ ਬਦਲੇ ਅਸੀਂ ਤੇ ਕੋ ਖੂਨ ਲੈਣਾ ਹੀ ਹੋ। ਖੂਨ? ਉਹ ਜਾਣਦੇ ਹੋ ਮੈਂ ਬਲੱਡ ਬੈਂਕ ਲਾਇਆ ਇੱਥੇ। ਇਹ ਹੁਣ ਤੇਰੀ ਸਿਰ ਦਰਦ ਦਾ ਗੋਡਾ ਲੈ ਭਾਵੇਂ ਨਾ ਲੈ, ਜਿਹੜੀ ਸੈਂਸ ਲੜਾਉਣੀ ਲੜਾ ਲਾ, ਪਰ ਇਹਦਾ ਖੂਨ ਨਾ ਨਿਕਲੇ। ਜੇ ਨਹੀਂ ਕਰ ਸਕਦਾ ਤੇ ਫਿਰ ਛੱਡ ਦੇ ਇਸ ਗਰੀਬ ਨੂੰ, ਤੈਨੂੰ ਦਵਾਵਾਂ ਦਊ। ਇਹ ਤੇ ਜ਼ਿਆਦਤੀ ਆ, ਤੁਸੀਂ ਮਾਮਾ ਪਹਿਲੇ ਡਰਾਤਾ ਮੈਨੂੰ। ਖਾਲੀ ਜਾ, ਇਹ ਬੰਦਾ ਆਪਣੇ ਵਾਅਦੇ ਤੋਂ ਦਸਤਬਰਦਾਰ ਹੋ ਗਿਆ ਜੇ। ਲੈ ਖੱਤਰੀ ਰਾਮ, ਲਾ ਇਹਦੇ ਪਾਵੇ ਕਿ ਫਿਰ ਮੈਂ ਤੇਰੇ ਲਾਵਾਂ। ਇਹ ਬੰਦਾ ਤੇਰੇ ਸਾਹਮਣੇ ਖਲੋਤਾ ਵਾ, ਮਰੇ ਤੂੰ ਮੇਰੇ ਸਾਹਮਣੇ ਹੁਣ ਸੜੇ ਟੀਵੀ ਵਰਗੀ ਬੂਥੀ ਲੈ ਕੇ ਖਲੋ ਗਿਆ। ਬਸ ਕਰੋ ਜੀ, ਹੁਣ ਜੁਗਤਾਂ ਮਾਰਨੀਆਂ, ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਵਾ। ਨਹੀਂ ਕਹਿੰਦਾ ਤਾਂ ਮੈਂ ਥੋੜ੍ਹੀ ਕੁ ਹੋਰ ਕਰ ਦਿੰਦਾ ਵਾ। ਉਹ ਮਰੇ ਮੁੱਛਾਂ ਤਾਂ ਵੇਖ ਆਪਣੀਆਂ, ਲੱਗਦਾ ਨੱਕ ਥੱਲੇ ਇੰਗਲਿਸ਼ ਦਾ ਡਬਲਯੂ ਰੱਖਿਆ ਹੋਇਆ ਤੂੰ। ਮਰੇ ਤੇਰੇ ਵਰਗੇ ਜਾਦੂਗਰ ਪੁੱਠਾ ਹੀ ਜਾਦੂ ਪੜ ਕੇ ਮੁੜ ਕੇ ਆਪਣੇ ਜੇਨ ਲੱਭਦੇ ਫਿਰਦੇ ਹੁੰਦੇ ਆ। ਵੇਖ ਮਹਿੰਦਰ ਦੇ ਮੂੰਹ ਤੇ ਰੌਣਕ ਆ ਤਾਂ ਤੇਰੇ ਮੂੰਹ ਤੇ ਪੈਨਾਸੋਨਿਕ ਨਿਕਲੀ ਹੋਈ ਹੈ। ਤੇਰੀ ਸਜ਼ਾ ਆ ਵੀ ਤੂੰ ਇੱਕ ਸਾਲ ਮੈਨੂੰ ਸਾਈਕਲ ਚਲਾ ਕੇ ਫੰਕਸ਼ਨਾਂ ਤੇ ਲੈ ਕੇ ਜਾਇਆ ਕਰੂੰਗਾ। ਸਿਪਾਹੀ ਹੋ, ਇਹਦੇ ਕੋਲੋਂ ਮੇਰੇ ਸਾਈਕਲ ਦੀ ਹਵਾ ਮੂੰਹ ਨਾ ਭਰਾਓ। ਜਾ ਮਾਮਾ ਕੇ ਕੋ ਬਿਸਤੀ ਕਰਾ ਲਈਓ, ਜਿਹਦੀ ਸਾਰਾ ਦਿਨ ਅਸੀਂ ਪੱਤ ਰੋਲੀ ਦੀ। ਉਹ ਖਾਲੀ ਜਾ, ਬੜੀ ਮਿਹਰਬਾਨੀ, ਤੁਸੀਂ ਮੇਰੇ ਗਿੱਟੇ ਗੋਡੇ ਬਚਾ ਲਏ। ਅੱਛੂ ਬੇਟੇ, ਅੱਜ ਵੀ ਤੂੰ ਉਹੀ ਕੀਤਾ ਜੋ ਮੈਂ ਪਹਿਲਾਂ ਹੀ ਸੋਚ ਕੇ ਬੈਠਾ ਸੀ। ਬੋਝ ਹਾਂ ਭਲਾ, ਤੇਰੇ ਨਾਲ ਹਰ ਵਾਰੀ ਏਦਾਂ ਕਿਉਂ ਹੁੰਦੀ ਹੈ? ਸੋਚਣਾ ਪੁੱਤ, ਮੇਰੇ ਮਨ ਤੋਂ ਬਾਅਦ ਤੂੰ ਹੀ ਬਾਦਸ਼ਾਹ ਬਣਨਾ। ਛੇਤੀ ਮਰ, ਫਿਰ ਤੇਰੀ ਮਿਹਰਬਾਨੀ ਹੈ। ਉਹ ਬਾਦਸ਼ਾਹ ਮੇਰਾ ਵੀ ਦੇ ਕੇ ਮਰੀ, ਪੂਰਾ ਪਾਰਾ ਉਹ ਸਾਡੀਆਂ ਤਨਖਾਹਾਂ ਦੇ ਕੇ ਮਰੀ, ਉਹ ਮੇਰਾ 600। Thank you.
ਬੜੀ ਗੱਲ ਹੈ ਵੀ ਜ਼ੁਲਫੀ, ਉਹ ਏਡੇ ਖਤਰਨਾਕ ਡੱਕ ਨੂੰ ਤੂੰ ਇਕੱਲਿਆਂ ਹੀ ਫੜ ਲਿਆ। ਬੱਲੇ ਵੀ ਬੱਲੇ, ਰਾਜੀ ਹਾਂ ਮੈਂ ਤੇਤੇ ਪੁੱਤ। ਪਹਿਲੀ ਵਾਰੀ ਤਾਂ ਤੂੰ ਚੰਗਾ ਕੰਮ ਕੀਤਾ, ਚੱਲ ਹੁਣ ਉਸ ਕੁੱਤੇ ਨੂੰ ਪੇਸ਼ ਕਰ। ਬੜੀ ਮਿਹਰਬਾਨੀ ਬਾਦਸ਼ਾਹ ਤੇਰੀ, ਮੈਂ ਉਹਨੂੰ ਜਿਹੜੀ ਸਜ਼ਾ ਦੇਣੀ ਆ ਜ਼ਮਾਨਾ ਦੇਖੂ। ਉਹ ਮੈਨੂੰ ਕੀ ਜਾਣਦਾ, ਮੈਂ ਵੇਖੀ ਉਹਦੇ ਕੋਲ ਜਾਇਜ਼ ਦੀ ਸਿਮ ਖੋ ਕੇ ਉਹਨੂੰ ਕੋਈ ਹੋਰ ਦੇ ਦੇਣੀ ਆ ਤਾਂ ਰੋਂਦਾ ਫਿਰੂ। ਚੱਲ ਹੁਣ ਜਰਾ ਬੁਲਾ ਉਹਨੂੰ, ਮੈਂ ਉਹਦੀ ਸ਼ਕਲ ਤਾਂ ਦੇਖਾਂ। ਉਹ ਬਾਦਸ਼ਾਹ, ਮੈਂ ਉਹਨੂੰ ਲੈ ਕੇ ਆ ਰਿਹਾ ਸੀ, ਉਹਨੇ ਮੈਨੂੰ ਕਿਹਾ ਮੇਰੇ ਸਿਗੜ ਮੁੱਕੇ ਆ। ਮੈਂ ਕਿਹਾ ਚੱਲ ਲੈ ਆ, ਮੁੜ ਕੇ ਆਇਆ ਹੀ ਨਹੀਂ, ਆਇਆ ਹੀ ਨਹੀਂ। ਤੇਰਾ ਕਹਿਣ ਦਾ ਮਤਲਬ ਕੀ ਆ ਓਏ, ਸਿਗਰਟ ਲੈਣ ਗਿਆ ਤੇ ਆਇਆ ਨਹੀਂ? ਉਹ ਬਾਦਸ਼ਾਹ, ਮੈਂ ਤੇ ਪਹਿਲਾਂ ਹੀ ਡਰਦਾ ਪਿਆ ਸੀ ਕਿ ਕਿਤੇ ਮੇਰੇ ਕੋਲ ਦੌੜ ਹੀ ਨਾ ਜਾਵੇ, ਤਾਂ ਉਹੀ ਗੱਲ ਹੋਈ। ਮੈਂ ਤੇ ਬੜਾ ਲੱਭਿਆ ਜੀ ਉਹਨੂੰ, ਮੈਨੂੰ ਤੇ ਉਹ ਲੱਭਾ ਹੀ ਨਹੀਂ। ਦੂਰ ਦੂਰ ਤੱਕ ਉੱਥੇ ਬੰਦਾ ਹੀ ਕੋਈ ਨਹੀਂ ਸੀ, ਇੰਨਾ ਰਸ਼ ਸੀ ਉੱਥੇ ਭਾਜੀ। ਮੈਂ ਤੇ ਇੱਕ ਜਗ੍ਹਾ ਬਹਿ ਕੇ ਵਾਹਵਾ ਭੱਜ ਨਾ ਸੀ ਕੀਤੀ। ਪਰ ਬਸ ਬੰਦ, ਬਹੁਤ ਹੋ ਗਈ ਬਕ ਬਕ, ਮੈਨੂੰ ਹੁਣ ਚੜ ਗਿਆ ਗੁੱਸਾ, ਤੇ ਮੈਂ ਹੁਣ ਤੈਨੂੰ ਆਪਣੀ ਕੰਟਰੀ 'ਚ ਰਹਿਣ ਹੀ ਨਹੀਂ ਦੇਣਾ। ਗੈਟ ਆਊਟ ਫਰੋਮ ਇੱਥੋਂ। ਬਾਦਸ਼ਾਹ, ਤੈਨੂੰ ਯਾਦ ਆ ਤੇਰੇ ਵਿਆਹ ਵਾਲੇ ਦਿਨ ਤੈਨੂੰ ਪੈਪਸੀ ਨਹੀਂ ਸੀ ਲੱਭਣ ਦੇਈ, ਤੇ ਮੈਂ ਤੈਨੂੰ ਪੈਪਸੀ ਲਿਆ ਕੇ ਦਿੱਤੀ ਸੀ। ਬਸ ਖਬਰਦਾਰ, ਜੇ ਮੈਨੂੰ ਉਹ ਪੈਪਸੀ ਯਾਦ ਕਰਾਈ ਤਾਂ। ਉਹ ਪੈਪਸੀ ਪੀ ਕੇ ਮੇਰੀ 2 ਮਹੀਨੇ ਪੋਟੀਆਂ ਨਹੀਂ ਸੀ ਰੁਕੀਆਂ, ਦਫਾ ਹੋਇਆ ਹੁਣ ਇੱਥੋਂ। ਕੋਈ ਨਹੀਂ ਫਿਰ ਬਾਦਸ਼ਾਹ, ਦੇਖੀ ਮੈਂ ਸਿੰਧ ਦੇ ਬਾਦਸ਼ਾਹ ਨੂੰ ਤੇਰੀਆਂ ਗੱਲਾਂ ਦੱਸ ਕੇ ਡਿਸਾਈਡ ਕਰੂੰਗਾ। ਓਏ ਦਫਾ ਹੋ ਜਾ ਇੱਥੋਂ। ਮਲਕਾ ਬੇਗਮ। ਉਹ ਮਲਕਾ। ਹਾਂਜੀ, ਕਾਹਦੀ ਖੱਪ ਪਾਈ ਹੈ ਤੁਸੀਂ? ਆਉਂਦੀ ਆ, ਹੌਸਲਾ ਕਰੋ। ਮਲਕਾ, ਨਾ ਮੈਂ ਤੇਰੇ ਭਰਾ ਨੂੰ ਕੱਢਤਾ ਹੀ ਆਪਣੀ ਕੰਟਰੀ ਦੇ ਵਿੱਚੋਂ। ਉਹ ਬੇਵਕੂਫ ਨੇ ਪਤਾ ਕੀ ਕੀਤਾ ਈ, ਇੱਕ ਬਹੁਤ ਹੀ ਖਤਰਨਾਕ ਡਾਕੂ ਨੂੰ ਨਸਾ ਦਿੱਤਾ ਈ ਉਸ ਪਾਗਲ ਨੇ। ਤੁਹਾਡਾ ਵੀ ਨਾ ਕੋਈ ਹਾਲ ਨਹੀਂ ਗਾ ਵੈਸੇ, ਹਰ ਗੱਲ ਤੁਸੀਂ ਮੇਰੇ ਭਰਾ ਤੇ ਹੀ ਪਾ ਦਿੰਦੇ ਹੋ। ਮੈਨੂੰ ਤੇ ਲੱਗਦਾ ਏ ਕਿ ਵਰਲਡ ਟ੍ਰੇਡ ਸੈਂਟਰ ਵੀ ਮੇਰੇ ਭਰਾ ਨੇ ਹੀ ਸੁਟਿਆ। ਵੀ ਤੂੰ ਬਹੁਤ ਬੋਲਦੀ ਆ ਵੀ ਭਰਾ ਦੇ ਹੱਕ ਦੇ ਵਿੱਚ, ਉਹ ਜੋ ਮਰਜ਼ੀ ਕਰ ਦੇਵੇ ਅਸੀਂ ਉਹਨੂੰ ਮਾਫ ਕਰੀਏ। ਹਾਏ ਹਾਏ, ਤੁਹਾਡੇ ਕਿਹੜੇ ਪੈਸੇ ਲੱਗਦੇ? ਆਖਰ ਉਹ ਤੇਰਾ ਸਾਲਾ ਵਾ, ਇੱਕ ਡਾਕੂ ਹੀ ਸੀਗਾ, ਸਵੇਰੇ ਮੈਂ ਤੁਹਾਨੂੰ ਨਵਾਂ ਲੈ ਦਾਂਗੀ। ਬਕਵਾਸ ਬੰਦ ਕਰ, ਉਹਨੇ ਇੱਕ ਡਾਕੂ ਨਸਾਇਆ ਵਾ, ਕੋਈ ਉਰਦੂ ਦੀ ਕਾਪੀ ਨਹੀਂ ਪੜੀ ਜਿਹੜੀ ਤੂੰ ਮੈਨੂੰ ਦਿਨ ਚੜ੍ਹਦੇ ਹੀ ਨਵੀਂ ਲੈ ਦੇਂਗੀ। ਤੂੰ ਕੀ ਸਮਝਦੀ ਹੈ ਡਾਕੂ ਬੈਕਰੀਆਂ ਤੋਂ ਮਿਲਦੇ ਹੈ? ਹਾਏ ਹਾਏ, ਮੇਰੇ ਭਰਾ ਦੀ 22 ਸਾਲ ਦੀ ਸਰਵਿਸ ਹੈ ਇਸ ਦਰਬਾਰ ਦੇ ਵਿੱਚ, ਐਵੇਂ ਫਿਰ ਲੋਕੀ ਤੁਹਾਡੇ ਤੇ ਥੂ ਥੂ ਨਾ ਕਰਨ। ਮੈਂ ਕਹਿੰਦਾ ਚੁੱਪ ਕਰ ਜਾ, ਕਿਸੇ ਗੰਦੇ ਖਾਨਦਾਨ ਦੀ ਹੈ, ਮੈਂ ਤੈਨੂੰ ਛਿੱਤਰ ਫੇਰੂੰਗਾ। ਤੂੰ ਹੁਣ ਮੇਰੀ ਬਰਦਾਸ਼ਤ ਦੇ ਸਾਰੇ ਨਵਲਟੀ ਪੁੱਲ ਤੋੜ ਦਿੱਤੇ ਆ, ਤੇ ਤੇਰੀ ਹੁਣ ਸਜ਼ਾ ਇਹ ਆ ਵੀ ਆਪਣੇ ਭਰਾ ਦੇ ਨਾਲ ਤੂੰ ਵੀ ਦਫਾ ਹੋ ਜਾ ਇੱਥੋਂ, ਤੇ ਮੈਨੂੰ ਹੁਣ ਸ਼ਕਲ ਨਾ ਵਿਖਾਈ ਸਾਰੀ ਜ਼ਿੰਦਗੀ ਆਪਣੀ, ਤੇ ਬਸ਼ੱਕ ਦੀ ਜਾਂਦੀ ਜਾਂਦੀ ਮੇਰੇ ਘਰ ਦੇ ਵਿੱਚੋਂ ਜਿਹੜੀ ਸ਼ਾਇਦ ਤੈਨੂੰ ਚੰਗੀ ਲੱਗਦੀ ਲੈ ਜਾ, ਮੈਂ ਤੈਨੂੰ ਨਹੀਂ ਰੋਕਾਂਗਾ। ਸੁਣ ਲਿਆ ਈ? ਭੈਣਾ, ਨਾ ਮੈਨੂੰ ਤੇ ਸਜ਼ਾ ਮਿਲੀ ਆ, ਤੇਰੇ ਪੈਰ ਤੋਂ ਰੇੜਾ ਲੰਘ ਗਿਆ ਜਿਹੜਾ ਰੋਈ ਜਾਨੀ ਆ। ਚੁੱਪ ਕਰ ਵੇ, ਜੋ ਕੁਛ ਵੀ ਹੋਇਆ ਈ ਮੇਰੇ ਨਾਲ ਉਤਰਿਆ ਤੇਰੀ ਵਜ੍ਹਾ ਤੋਂ ਹੋਇਆ ਈ। ਉਹ ਤਿੰਨ ਖਤਾ ਉਦੋਂ ਦਾ ਹੀ ਤੇਰੇ ਖਿਲਾਫ ਵਾ, ਜਦੋਂ ਦਾ ਤੂੰ ਉਹਦੇ ਸਿਗਰਟ ਲੈਣ ਕੇਟੂ ਦੀ ਪਹਾੜੀ ਤੇ ਚਲਾ ਗਿਆ ਸੀ, ਉਤੋਂ ਤੂੰ ਉਹਦਾ ਨਵਾਂ ਡਾਕੂ ਗਵਾ ਦਿੱਤਾ। ਨਾ ਤਾਂ ਡਾਕੂ ਹੀ ਗਵਾਇਆ, ਮੈਂ ਕਿਹੜਾ ਉਹਦਾ ਨਵਾਂ ਸੈਮਸੰਗ ਦਾ ਸੈੱਟ ਗਵਾ ਦਿੱਤਾ। ਬਹਰਹਾਲ ਉਹਨੇ ਮੇਰੀ ਇੱਕ ਨਹੀਂ ਉਹ ਸੁਣੀ, ਉਹ ਕਹਿੰਦਾ ਕਿ ਆਪਣੇ ਭਰਾ ਦੇ ਨਾਲ ਹੀ ਨਿਕਲ ਜਾਈ। ਭੈਣਾ ਗੱਲ ਸੁਣ ਹੁਣ ਮੇਰੀ, ਪਰੇਸ਼ਾਨ ਨਾ ਹੋ, ਅੱਛੂ ਨਾਲ ਗੱਲ ਕਰਦੇ ਆ, ਉਹ ਕੋਈ ਮਸਲੇ ਦਾ ਹੱਲ ਕੱਢੂਗਾ। ਹਾਂ ਸਹੀ ਗੱਲ ਆ, ਕੀ ਪਤਾ ਉਹੀ ਮੇਰਾ ਘਰ ਬਚਾ ਲਵੇ। ਇਹਦਾ ਮਤਲਬ ਬਾਦਸ਼ਾਹ ਨੇ 3 ਵੀ ਘਰੋਂ ਬਾਹਰ ਕੱਢ ਦਿੱਤਾ, ਬਹੁਤ ਹੀ ਚਵਲ ਇਨਸਾਨ ਆ। ਵੈਸੇ ਮੈਂ ਉਹਦੀ ਰਾਗ ਰਾਗ ਨੂੰ ਜਾਣਨਾ, ਮੇਰੇ ਕੋਲ ਇੱਕ ਸਕੀਮ ਹੈ, ਹੁਣੇ ਦੱਸਦਾ ਤੁਹਾਨੂੰ, ਪਰ ਜਿੱਦਾਂ ਮੈਂ ਕਵਾਂਗਾ ਕਰਨਾ ਹੁੰਜੀ। ਉਹ ਮਲਕਾ ਵੇਖੀ ਕੋਈ ਪੁੱਠੀ ਮਾਤੀ ਨਾ ਦੱਸ ਦੇਈ, ਮੁੜ ਕੇ ਮੈਂ ਆਪਣਾ ਖਸਮ ਹੀ ਨਾ ਲੱਭਦੀ ਫਿਰ। ਨਹੀਂ ਮਲਕਾ, ਗੱਲ ਰਾਜ਼ ਦੀ ਆ, ਇੱਕ ਮੈਂ ਕੰਨ 'ਚ ਆ ਕੇ ਦੱਸਦਾ। ਉਹਨੂੰ ਸ਼ਰਬਤ 'ਚ ਨੀਂਦ ਵਾਲੀ ਗੋਲੀ ਪਿਆ ਕੇ ਸਵਾਦ ਹੀ ਸਹੀ ਹੋ ਜਾਊਗਾ। ਗੁੱਡਾ ਬੁਲੰਦ ਹੋ ਸਰਕਾਰ ਦਾ। ਮਲਕਾ ਆਲੀਆ ਕਹਿੰਦੀ ਆ ਕਿ ਮੈਂ ਆਪਣੇ ਪਿਓ ਦੇ ਘਰ ਜਾਣ ਤੋਂ ਪਹਿਲੇ ਇੱਕ ਦਫਾ ਤੁਹਾਡੇ ਨਾਲ ਤੋਸਾ ਡਫਣਾ ਚਾਹੁੰਦੀ ਆ। ਠੀਕ ਹੈ, ਚਲੋ ਇਹ ਵੀ ਸ਼ੌਕ ਉਹਦਾ ਪੂਰਾ ਕਰ ਦਿੰਨੇ ਆ। ਮੇਰੂ ਸਿਆ ਨਾ ਕਰ ਬਈ ਮਾਨ ਸਜਣਾ, ਅੱਜ ਛੱਡ ਜਾਣਾ ਅਸਾਂ ਤੇਰਾ ਏ ਮਕਾਨ ਸਜਣਾ, ਮੇਰੇ ਪਿੱਛੋਂ ਰੱਖੇ ਕਰਦਾ ਧਿਆਨ ਸਜਣਾ, ਵੇ ਬਨ ਬੈਠੇ ਜ਼ਾਲਮ ਪਠਾਨ ਸਜਣਾ। ਸ਼ਰਬਤ ਪੀਓ ਬਾਦਸ਼ਾਹ ਸਲਾਮਤ।
ਵਾਹ ਬਈ ਬਦ ਨਸੀਬੋ। ਮੈਨੂੰ ਸਮਣਾ ਬਾਦ ਦਾ ਗੋਲ ਚੱਕਰ ਆ ਰਿਹਾ। ਮਲਕਾ ਇਹ ਤੂੰ ਗਈ ਨੀ, ਅਜੇ ਇੱਥੇ ਹੀ ਹੈ ਤੂੰ। ਉਹ ਮੈਂ ਕਿੱਥੇ ਆ? ਕਿੱਥੇ ਹੁਣਾ ਏ ਤੂੰ? ਤੂੰ ਮੇਰੇ ਪਿਓ ਦੇ ਘਰ ਦੇ ਵਿੱਚ ਆ। ਕੀ ਫੌਤ ਹੋ ਗਿਆ ਉਹ ਮੈਨੂੰ ਇੱਥੇ ਲੈਣ ਦਾ? ਮੈਨੂੰ ਇਹ ਦੱਸੇ ਨਾ, ਮੈਨੂੰ ਇੱਥੇ ਲੈ ਕੇ ਕੌਣ ਆਇਆ? ਕਿਹਦੀ ਜ਼ੁਰਤ ਹੋ ਗਈ ਇੰਨੀ? ਤੁਹਾਨੂੰ ਇੱਥੇ ਮੈਂ ਲਿਆਈ ਆ, ਬਹੁਤੀ ਟੈਂ ਟੈਂ ਕਰਨ ਦੀ ਲੋੜ ਨਹੀਂ। ਮੈਨੂੰ ਪਤਾ ਤੂੰ ਨਹੀਂ ਹਟ ਸਕਦੀ, ਤੈਨੂੰ ਤਾਂ ਮੈਂ ਹੁਕਮ ਦਿੱਤਾ ਸੀ ਮੇਰੇ ਦੇਸ਼ ਚੋਂ ਬਾਹਰ ਨਿਕਲ ਜਾ। ਤੇਰਾ ਹੁਕਮ ਹੀ ਮੰਨਿਆ ਏ, ਹੋਰ ਮੈਂ ਇੱਥੇ ਸਨੋਕਰ ਖੇਡਣ ਆਈ? ਤੇਰੇ ਘਰੋਂ ਬਾਹਰ ਹੀ ਆ। ਚੰਗੀ ਗੱਲ ਮੰਨੀ ਆ ਮੇਰੀ, ਤੈਨੂੰ ਮੈਂ ਕਿਹਾ ਸੀ ਮੇਰੇ ਘਰੋਂ ਬਾਹਰ ਹੋ ਜਾ, ਤੂੰ ਆਉਂਦੀ ਹੋਈ ਨਾਲ ਮੈਨੂੰ ਵੀ ਚੁੱਕੀ ਲਿਆਈ ਆ। ਯਾਦ ਕਰ ਹਾਂ ਤੂੰ ਮੈਨੂੰ ਕਿਹਾ ਨੀ ਸੀਗਾ ਕਿ ਜਿਹੜੀ ਇਸ ਘਰ ਦੇ ਵਿੱਚੋਂ ਪਿਆਰੀ ਚੀਜ਼ ਲੱਗਦੀ ਚੁੱਕ ਕੇ ਲਈ ਆ? ਤੂੰ ਸਮਝਿਆ ਇਹਨਾਂ ਖੱਤਿਆ ਕਿ ਮੈਂ ਟੀਵੀ ਚੁੱਕ ਕੇ ਲੈ ਆਵਾਂਗੀ? ਦੌਰ ਘਟਾ ਤੇਰੀ ਸੋਚ ਤੇ, ਤੂੰ ਹੀ ਸਭ ਤੋਂ ਪਿਆਰਾ ਏ, ਮੈਂ ਤੈਨੂੰ ਹੀ ਚੁੱਕ ਕੇ ਲਿਆਉਣਾ ਸੀ। ਬਈ ਕਿਆ ਬਾਤ ਆ, ਸ਼ੋਖੀ ਮਲਕਾ ਨਿਕਲੀ ਆ ਤੂੰ। ਚੱਲ ਫਿਰ ਮੈਂ ਜਿਹੜੀ ਬਕਵਾਸ ਕੀਤੀ ਸੀ ਮੈਂ ਉਹਨੂੰ ਵਾਪਸ ਲੈਣਾ, ਤੂੰ ਆਪਣੇ ਘਰ ਆ ਕੇ ਰਹੋ। ਮਿਹਰਬਾਨੀ ਐਡੀ ਕਾਹਲੀ ਵੀ ਨਾ ਹੋ, ਪਹਿਲੇ ਮੈਨੂੰ ਇਹ ਦੱਸ ਦੇ ਕੌਣ ਸੀ ਜਿਹੜਾ ਮੇਰੇ ਜੋੜਾਂ 'ਚ ਬਹਿ ਗਿਆ? ਚੱਲ ਸ਼ਾਬਾਸ਼, ਫਟਾਫਟ ਉਹਦਾ ਨਾਂ ਦੱਸ। ਜਦੋਂ ਤੁਸੀਂ ਮੈਨੂੰ ਘਰੋਂ ਕੱਢਿਆ ਸੀਗਾ ਨਾ, ਫੇਰ ਨਾ ਮੈਂ ਅੱਛੂ ਨਾਲ ਮਸ਼ਵਰਾ ਕੀਤਾ ਸੀਗਾ। ਵੇਖੀ ਮੈਂ ਜਾ ਕੇ ਉਹਨੂੰ ਕਹਿ ਦਾ ਨਾ ਕਿ ਮੈਨੂੰ ਪਤਾ ਸੀ ਉਹਨੇ ਨਹੀਂ ਮੰਨਣਾ। ਬਾਦਸ਼ਾਹ ਦਾ ਗੁੱਡਾ ਬੁਲੰਦ ਹੋ। ਉਹ ਜ਼ੁਲਫੀ, ਤੂੰ ਹਜੇ ਤੱਕ ਇੱਥੇ ਹੀ ਹੈ? ਤੈਨੂੰ ਮੈਂ ਬਕਵਾਸ ਕੀਤੀ ਸੀ ਚੱਲ ਜਾ ਇੱਥੋਂ। ਉਹ ਆ ਉਤਲੀ ਮੰਜ਼ਲ ਤੋਂ ਬੱਬੂ ਬਰਾਲ ਕੌਣ? ਬਾਦਸ਼ਾਹ ਤੂੰ ਤਾਂ ਮੈਨੂੰ ਆਪਣੀ ਵੱਲੋਂ ਬਾਹਰ ਕੱਢ ਦਿੱਤਾ ਸੀ, ਪਰ ਮੈਂ ਅੱਛੂ ਦੇ ਨਾਲ ਰਲ ਕੇ ਉਸ ਡਾਕੂ ਨੂੰ ਫੜ ਲਿਆ ਆ। ਇਹ ਤਾਂ ਅੱਛੂ ਦੇ ਦਿਮਾਗ ਨੇ ਕੰਮ ਕੀਤਾ ਬਾਦਸ਼ਾਹ, ਨਹੀਂ ਤਾਂ ਮੇਰੇ ਕੋਲ ਕਿੱਥੇ ਫੜਿਆ ਜਾਣਾ ਸੀ? ਉਹ ਕਿੱਦਾਂ ਲੱਭਿਆ ਇਹਨੂੰ? ਬਾਦਸ਼ਾਹ ਮੈਂ ਅੱਛੂ ਨੂੰ ਦੱਸੀ ਸਾਰੀ ਗੱਲ ਵੀ ਉਹ ਮੇਰੇ ਕੋਲੋਂ ਕਿੱਦਾਂ ਦੌੜਿਆ। ਅੱਛੂ ਨੇ ਮੈਨੂੰ ਕਿਹਾ ਵੀ ਮੈਨੂੰ ਉਹ ਜਗ੍ਹਾ ਵਿਖਾ ਜਿੱਥੇ ਤੇਰੇ ਕੋਲੋਂ ਉਹ ਡਾਕੂ ਦੌੜਿਆ ਸੀ, ਅਤੇ ਫਿਰ ਮੈਂ ਅਤੇ ਅੱਛੂ ਜਦੋਂ ਉਸ ਜਗ੍ਹਾ 'ਤੇ ਪਹੁੰਚੇ ਹਾਂ ਅਤੇ ਉੱਥੇ ਦੇਖਿਆ ਵੀ ਇੱਕ ਬਾਬਾ ਜੀ ਬੜੇ ਸਕੂਨ ਦੇ ਨਾਲ ਆਰਾਮ ਫਰਮਾ ਰਹੇ ਸੀਗੇ। ਉੱਥੇ ਅੱਛੂ ਨੂੰ ਸ਼ੱਕ ਪਈ ਵੀ ਇਹ ਬਾਬਾ ਜਿਹੜਾ 2 ਨੰਬਰ ਲੱਗਦਾ ਵਾ, ਇਹਨੂੰ ਚੈੱਕ ਕਰੋ। ਜਦੋਂ ਮੈਂ ਬਾਬੇ ਦੀ ਦਾੜੀ ਨੂੰ ਹੱਥ ਪਾਇਆ ਤਾਂ ਦਾੜੀ ਮੇਰੇ ਹੱਥ 'ਚ ਅਤੇ ਵਿੱਚੋਂ ਜਜ਼ੀਦ ਦਾ ਬੱਚਾ ਨਿਕਲਾਇਆ, ਅਤੇ ਅਸੀਂ ਇਹਨੂੰ ਫੜ ਕੇ ਦਰਬਾਰ 'ਚ ਲਿਆਂਦਾ। ਕਿਆ ਬਾਤ ਆ ਅੱਛੂ ਬੇਟੇ ਤੇਰੀ, ਤੂੰ ਤਾਂ ਬਹੁਤ ਕਮਾਲ ਕਰ ਛੱਡੀ ਹੈ। ਇਹ ਜ਼ੁਲਫੀ ਨੇ ਤੈਨੂੰ ਕਹਿੰਦਾ, ਮੈਂ ਤਾਂ ਤੈਨੂੰ ਭੇਜਣਾ ਸੀ ਕਿਉਂਕਿ ਮੈਨੂੰ ਪਤਾ ਸੀ ਵੀ ਡਾਕੂ ਕਿੱਥੇ ਹੋਣਾ, ਤੇ ਤੂੰ ਆਪਣੇ ਵੱਲੋਂ ਇਹ ਕਾਰਨਾਮਾ ਕਰਕੇ ਮੇਰਾ ਪੁੱਤ ਬੜਾ ਖੁਸ਼ ਹੋਣਾ, ਤੇ ਤੇਰੇ ਕਾਰਨਾਮੇ ਮੇਰੇ ਨਾਲ ਹੀ ਸੱਜਦੇ ਆ। ਮੇਰੇ ਤੋਂ ਬਗੈਰ ਤੂੰ ਕੁਛ ਵੀ ਨਹੀਂ ਅੱਛੂ ਬੇਟੇ, ਫੇਰ ਵੀ ਬਹੁਤ ਅੱਛੇ। ਬਾਦਸ਼ਾਹ ਮੈਂ ਤੈਨੂੰ ਕਿਸੇ ਦਿਨ ਕਤਲ ਦੇ ਕੇਸ 'ਚ ਫਸਾ ਦੇਣਾ ਹੀ। ਮੈਨੂੰ ਪਤਾ ਫਿਰ ਜ਼ਮਾਨਤਾਂ ਵੀ ਤੂੰ ਹੀ ਕਰਾਉਣੀਆਂ ਸੀ।